ਸਾਰਿਆਂ ਪਿੰਡਾਂ ਵਿੱਚ ਬਾਹੀਆਂ ਪਿੰਡਾਂ 'ਚ ਸਵੇਰੇ ਜਾਣਾ ਔਰ ਸ਼ਾਮ ਨੂੰ ਉਹਨਾਂ ਜਿਹੜਾ ਦੇਖੋ ਸਾਡੀ ਇਹ ਜਿਹੜੇ ਪੁਰਨ ਜਿਹੜੇ ਕਾਰ ਆ ਇਹ ਬੰਦੇ ਤਾਂ ਛੁੱਟਦੇ ਨਹੀਂ, ਇਹ ਛੁੱਟਦੇ ਨਹੀਂ ਕਿਉਂਕਿ ਉਹ ਸਦਾ ਵਾਸਤੇ ਰਹਿਣ ਵਾਲੇ ਬੰਦੇ ਹੁੰਦੇ ਆ, ਤਾਂ ਨਾ ਇੰਨੀ ਅਨਪੜ੍ਹਤਾ ਨਾ ਇਹਨਾਂ ਪਤਾ ਵੀ ਤਬਾਦਲਾ ਇੱਦਾਂ ਹੋਣਾ ਆ, ਇਹਨੇ ਕੀ ਕੀਤਾ ਨਹੀਂ ਜਿਹੜੇ ਉਹਦਾ ਦਵਾਈ ਵੀ ਨਹੀਂ ਮੰਨਿਆ ਜਾਣ ਨੂੰ, ਉਹ ਫਿਰ ਕੀਤਾ ਵੀ ਉਹਨਾਂ ਨੇ ਲਿਆ ਕੇ ਮਜ਼ਦੂਰ ਲਾ ਕੇ ਮਕਾਨ ਦੇ ਜਿਹੜੇ ਕੀਲੀਆਂ ਗੱਡੀਆਂ ਹੁੰਦੀਆਂ ਲੋਹੇ ਦੀ ਅੱਗੇ ਪਹਿਲੀਆਂ ਜੰਮੇ ਸਮੇਂ ਦੇ ਵਿੱਚ ਲੋਕ ਕੀਲੀਆਂ ਕੱਢਦੇ ਸੀ ਲੋਹੇ ਦੀਆਂ ਜਾਂ ਲੱਕੜੀ ਦੀਆਂ ਜੀ, ਹੁਣ ਉਹ ਵੀ ਪੱਟ ਕੇ ਲੱਗ ਲਈ ਉੱਥੇ ਬਾਹਰ ਕੁੱਪ ਗਏ ਸੀ, ਉਹ ਲੋਕਾਂ ਨੂੰ ਵੇਚ ਦਿੱਤੇ ਸਾਰਾ, ਤਾਂ ਲੋਕ ਸਾਰੇ ਪਿੰਡ ਵਿੱਚ ਐਡੀ ਹੜਚਲ ਮੱਚ ਗਈ ਵੀ ਇਹ ਕੀ ਹੋਇਆ। ਫਿਰ ਉਹਨੇ ਤੁਰ ਲੱਗੇ ਨੂੰ ਕਿਹਾ ਵੀ ਉੱਥੇ ਜਾ ਕੇ ਦਿਹਾੜੀਆਂ ਕਰੂੰਗਾ, ਕਹਿੰਦਾ ਜ਼ਮੀਨ ਉੱਥੇ ਆ ਜਾਣੀ ਆ, ਇਹ ਜ਼ਮੀਨ ਮੇਰੀ ਉੱਥੇ, ਕਹਿੰਦਾ ਆ ਜਾਣੀ ਮੇਰੇ ਮਗਰ। ਉਹ ਕਹਿੰਦੇ ਜ਼ਮੀਨ ਵੀ ਕਦੇ ਤੁਰ ਕੇ ਜਾਂਦੀ ਆ, ਲੋਕਾਂ ਨੂੰ ਲੋਕਾਂ ਨਾਲ ਗਿੱਧਾ ਹੀ ਪਾ ਦਿੱਤੇ। ਹੁਸ਼ਿਆਰਪੁਰ ਦੇ ਇਲਾਕੇ ਦਾ ਇੱਕ ਪਿੰਡ ਆ ਜੀ ਬਡਲਾ, ਆਟਾ ਬਡਲਾ ਕਰਕੇ ਮਸ਼ਹੂਰ ਆ। ਜਦੋਂ ਅਸੀਂ ਹੁਸ਼ਿਆਰਪੁਰ ਤੋਂ ਫਗਵਾੜੇ ਨੂੰ ਜਾਂਦੇ ਹਾਂ, ਅੱਤਵਾਲ ਤੋਂ ਚੜ੍ਹਦੇ ਪਾਸੇ ਤੁਰਦੇ ਰਹੀਏ ਜਾਂ ਮੋਨਾ ਕਲਾਂ ਤੋਂ ਚੜ੍ਹਦੇ ਪਾਸੇ ਨੂੰ ਤੁਰ ਪਈਏ, ਤਾਂ 4-5 ਕਿਲੋਮੀਟਰ ਜਾਂ 6 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਆ ਮੁਖਲਿਆਣਾ ਆ, ਮੋਨਾ ਕਲਾਂ, ਇਹ ਮੁਸਲਮਾਨਾਂ ਦੇ ਪਿੰਡਾਂ ਦੇ ਮੈਂ ਨਾਂ ਦੱਸ ਰਿਹਾ, ਆਲਟਾ ਬਡਲਾ। ਥੋੜ੍ਹਾ ਜਿਹਾ ਉੱਤਰ ਵੱਲ ਨੂੰ ਹੁੱਕੜਾ ਆ, ਰਾਜਪੁਰ ਭਾਈਆਂ ਅਤੇ ਲੋਕਲ ਬੰਦਿਆਂ ਦਾ ਪਿੰਡ ਸੀ, ਮੁਸਲਮਾਨ ਸੀਗੇ ਥੋੜ੍ਹੇ ਸੀਗੇ। ਸੋ ਬਡਲੇ ਦੇ ਇੱਕ ਬਜ਼ੁਰਗ ਮੈਨੂੰ ਕਈ ਸਾਲ ਪਹਿਲਾਂ ਵੀ ਮਿਲੇ ਸੀ, ਅੱਜ ਹਿੰਮਤ ਸਿੰਘ ਗਿੱਲ ਹੋਣਾ ਜਿਹੜੇ ਸਰਾਲੇ ਵਾਲੇ ਆ, ਇਹਨਾਂ ਦੀ ਕਿਰਪਾ ਨਾਲ ਇੱਕ ਵਾਰ ਫਿਰ ਮੁਲਾਕਾਤ ਹੋਈ ਇਹਨਾਂ ਦੇ ਡੇਰੇ 'ਤੇ। ਲਓ ਜੀ ਕਰਦੇ ਹਾਂ ਗੱਲਬਾਤ, ਅੱਜ ਬਡਲੇ ਦੀਆਂ ਗੱਲਾਂ ਪੁੱਛਾਂਗੇ, ਬਡਲੇ ਦੇ ਜ਼ੈਲਦਾਰ ਦੀਆਂ, ਮੁਸਲਮਾਨਾਂ ਦੀਆਂ, ਕਿੱਦਾਂ ਉਹ ਗਏ, ਕਿੱਦਾਂ ਰਹਿੰਦੇ ਸੀਗੇ, ਕੀ ਉਹਨਾਂ ਦੀ ਟੌਰ ਸੀ। ਸੁਣਿਆ ਕਿ ਇੱਥੇ ਦੀ ਜ਼ੈਲ ਸੀਗੀ, ਉਹ ਜਦੋਂ ਪਾਕਿਸਤਾਨ ਬਣਿਆ, ਹਾਂਜੀ, ਕਿੰਨੀ ਉਮਰ ਸੀ ਤੁਹਾਡੀ? 10 ਸਾਲ ਦੀ ਸੀ। 10 ਸਾਲ ਦੀ। ਤੁਹਾਡਾ ਨਾਮ ਕੀ ਹੈ ਜੀ? ਰੱਖਾ ਰਾਮ। ਤੁਸੀਂ ਜੱਦੀ ਬਸਤੀ ਇੱਥੇ ਦੇ? ਇੱਥੇ ਦੇ ਜੀ। ਅਤੇ ਮੁਸਲਮਾਨਾਂ ਨੂੰ ਛੱਡ ਕੇ ਜਿਹੜੇ ਬਾਕੀ ਇੱਥੇ ਬੰਦੇ ਸੀਗੇ, ਹਾਂਜੀ, ਇੱਕ ਆ ਧਰਮੀ ਸੀਗੇ, ਹੋਰ ਕੌਣ ਸੀਗੇ ਜੀ? ਤਰਖਾਣ ਸਿੱਖ ਸੀਗੇ, ਲੋਹਾਰ। ਲੋਹਾਰ, ਅੱਛਾ ਜੀ। ਤਾਂ ਬਾਕੀ ਮੁਸਲਮਾਨ? ਜੀ ਜੀ। ਤਾਂ ਬਾਲਮੀਕੀ ਹੈ। ਅੱਛਾ, ਇਹ ਸੀਗੇ ਐਸੀ ਜੀ, ਆ ਧਰਮੀ ਸੀ, ਬਾਕੀ ਹੋਰ ਕੋਈ ਮੁਸਲਮਾਨ, ਸਾਡਾ ਮੁਸਲਮਾਨ ਸਾਰਾ ਉੱਕਾ ਚੁੱਕਾ ਮੁਸਲਮਾਨਾਂ ਦਾ, ਬਾਕੀ ਸਿੱਖ ਕੋਈ ਤਬਕਾ ਨਹੀਂ ਸੀ, ਇੱਕ ਘਰ ਵੀ ਹੈ ਨਹੀਂ ਸੀ। ਹਾਂਜੀ, ਠੀਕ ਹੈ। ਜੱਟਾ ਸੈਣੀਆਂ ਦਾ ਕੋਈ ਘਰ ਨਹੀਂ? ਨਹੀਂ, ਕੋਈ ਘਰ ਨਹੀਂ ਸੀ। ਅਤੇ ਆ ਧਰਮੀਆਂ ਦੇ ਕਿੰਨੇ ਘਰ ਸੀਗੇ? ਕੋਈ 300 ਘਰ ਸੀ ਜੀ। ਬੱਲੇ ਬੱਲੇ ਬੱਲੇ। ਹਾਂਜੀ। ਅੱਛਾ, ਹੁਣ ਵੀ 300 ਤੇ ਵੱਧ ਆ। ਬਾਲਮੀਕੀਆਂ ਦੇ ਕਿੰਨੇ ਘਰ ਸੀਗੇ? 25-30 ਘਰ ਹੈ ਜੀ। 25-30। ਅਤੇ ਤਰਖਾਣਾ ਦੇ ਕਿੰਨੇ ਸੀ ਉਦੋਂ, 47 ਤੋਂ ਪਹਿਲਾਂ? ਉਹਨਾਂ ਦੇ 47 ਦੇ 6-7 ਘਰ ਬਸ, ਥੋੜ੍ਹੇ ਸੀ। ਅਤੇ ਮੁਸਲਮਾਨਾਂ ਦੇ ਕਿੰਨੇ ਹੋਣਗੇ? ਮੁਸਲਮਾਨਾਂ ਦੇ ਸਾਰਾ ਮੁਸਲਮਾਨਾਂ ਦੇ ਪਿੰਡ ਸੀ। ਅੱਛਾ, ਰਾਜਪੂਤਾਂ ਦਾ ਪਿੰਡ ਸੀ? ਹਾਂ, ਰਾਜਪੂਤਾਂ। ਅੱਛਾ, ਤਕੜੇ ਤਕੜੇ ਰਾਜਪੂਤ ਕਿਹੜੇ ਸੀਗੇ? ਇੱਥੇ ਜੀ ਇੱਕ ਡਾਕਦਾਰ ਇੱਥੇ ਬਹੁਤ ਤਕੜਾ ਮਿਲਦਾ, ਇਹ ਬਣ ਪਹਿਲੇ ਨੰਬਰ 'ਤੇ। ਅੱਛਾ, ਉਹ ਵਧੀਆ ਮਤਲਬ ਐਨ ਡਾਕਟਰ ਸੀ? ਪੱਕਾ ਡਾਕਟਰ ਸੀ, ਉਹ ਡਾਕਟਰ ਪਾਵਲ ਵਿੱਚ ਸੀ ਨੌਕਰ। ਅੱਛਾ, ਪਾਵਲ ਸਾਹਿਬ ਕੰਧਾਰ ਹੈ ਨੀ, ਪਾਵਲ ਕੰਧਾਰ। ਅੱਛਾ, ਹਾਂਜੀ, ਉੱਥੇ ਦਾ ਉਹ ਮੁਲਾਜ਼ਮ ਸੀ ਡਾਕਟਰ, ਬਹੁਤ ਏ ਬਣ ਬੰਦਾ ਸੀ ਜੀ ਜੀ ਜੀ, ਕਿਉਂਕਿ ਬਹੁਤ ਪੜ੍ਹਿਆ ਲਿਖਿਆ ਬੰਦਾ ਸੀ। ਫਿਰ ਉਹ ਰਿਟਾਇਰਮੈਂਟ ਆ ਗਿਆ। ਅੱਛਾ ਜੀ। ਪਿੰਡ ਸਾਡੇ ਬਹੁਤ ਸੂਝਵਾਨ ਬੰਦਾ ਸੀ ਕਿ ਜਦੋਂ ਰੌਲੇ ਪਏ ਆ, ਉਸ ਬੰਦੇ ਨੇ ਪਿੰਡ ਦਾ ਇਕੱਠ ਕੀਤਾ। ਅੱਛਾ, ਉਸ ਬੰਦੇ ਨੇ ਉਸ ਵੇਲੇ ਉਹਦੀ ਉਮਰ 100 ਦੇ ਨੇੜੇ ਚਲੇ ਸੀ। ਅੱਛਾ, ਉਸ ਬੰਦੇ ਨੇ ਉਹਨੂੰ ਪਿੰਡ ਇਕੱਠਾ ਕੀਤਾ ਸਾਰਾ ਹੀ, ਕਰਕੇ ਇਹ ਗੱਲ ਕਹੀ, ਹੱਥ ਬੰਨ ਕੇ ਬੇਨਤੀ ਕੀਤੀ ਸਾਰਿਆਂ ਬਾਰੇ
ਵੀ ਅਸੀਂ ਇੱਥੋਂ ਚਲੇ ਜਾਣਾ ਜੀ ਸਾਡੀ ਠੀਕ ਹੈ ਠੀਕ ਹੈ ਸਾਡੀ ਇਹ ਧਰਤੀ ਜਿਹੜੀ ਹੈ ਸਾਡੀ ਨਹੀਂ ਹੈਗੀ ਤਾਂ ਲੋਕ ਘਬਰਾ ਗਏ ਕਹਿੰਦੇ ਅਸੀਂ ਕਿਉਂ ਜਾਣਾ ਸਾਡੀਆਂ ਅਸਮਾਨ ਚੋਟੀ ਪਤਾਲ ਸਾਡੀਆਂ ਜੜ੍ਹਾਂ ਆ ਅਸੀਂ ਕਿਉਂ ਜਾਣਾ ਇੱਥੇ ਇਹਦਾ ਦਿਮਾਗ ਪਿਛਲੀ ਬਸਤਾ ਦੇ ਵਿੱਚ ਖਰਾਬ ਹੋ ਗਿਆ ਹਾਂਜੀ ਮੇਰਾ ਦਿਮਾਗ ਪੜ੍ਹਿਆ ਲਿਖਿਆ ਜ਼ਿਆਦਾ ਆ ਹੁਣ ਆ ਕੇ ਇਹਦਾ ਦਿਮਾਗ ਜਿਹੜਾ ਫਿਰ ਚੁੱਕਾ ਫਿਰ ਲੋਕਾਂ ਨੂੰ ਤਾਂ ਕਹਿਣਾ ਨਹੀਂ ਮੰਨਿਆ ਕਿਸੇ ਨੇ ਵੀ ਜਿਸਦੇ ਰੋਲ ਪੈਰ ਤੋਂ ਪਹਿਲਾਂ ਜਾਂ ਦਇਆਦਾਰ ਵੀ ਵਿੱਚ ਬੈਠਾ ਦਇਆਦਾਰ ਨੇ ਇਹ ਗੱਲ ਉਹਨੂੰ ਕਹੀ ਕਹਿੰਦਾ ਡਾਕਦਾਰ ਸਾਹਿਬ ਵੀ ਇਹ ਲੋਕ ਹੈਗੇ ਅਨਪੜ੍ਹ ਆ ਇਹਨਾਂ ਨੂੰ ਇੰਨੀ ਨੌਲੇਜ ਹੈ ਨਹੀਂ ਵੀ ਇਹਦੀ ਸਾਡਾ ਕਹਿਣਾ ਨਹੀਂ ਮੰਨਣਾ ਤਾਂ ਜ਼ਿਆਦਾ ਨੂੰ ਪਤਾ ਸੀ ਉਹਨੂੰ ਪਤਾ ਸੀ ਉਹਨੂੰ ਇਹ ਪਤਾ ਸੀ ਕਿਉਂਕਿ ਉਹ ਜਿਹੜੇ ਔਲੇ ਪਏ ਆ ਸ਼ਾਕ ਲੱਗੇ ਜਿਹੜੇ ਸ਼ੁਰੂ ਹੋਏ ਆ ਉਸ ਵੇਲੇ ਉਹਨੂੰ ਬਾਹੀਆਂ ਪਿੰਡਾਂ ਵਿੱਚ ਜਾ ਕੇ ਚੌਂਕੀਆਂ ਲਾਉਣੀਆਂ ਸ਼ੁਰੂ ਕਰਦੀਆਂ ਸੁਣਿਆ ਹਾਂਜੀ ਸਾਰਿਆਂ ਪਿੰਡਾਂ ਵਿੱਚ ਬਾਹੀਆਂ ਪਿੰਡਾਂ 'ਚ ਸਵੇਰੇ ਜਾਣਾ ਔਰ ਸ਼ਾਮ ਨੂੰ ਉਹਨੇ ਦੇਖੋ ਸਾਡੀ ਇਹਦੇ ਪੁਰਨੇ ਜਿਹੜੇ ਕਾਰ ਆ ਇਹ ਬੰਦੇ 'ਤੇ ਛੁੱਟਦੇ ਨਹੀਂ ਇਹ ਛੁੱਟਦੇ ਨਹੀਂ ਕਿਉਂਕਿ ਸਦਾ ਬਾਹਰ ਦੇ ਰਹਿਣ ਵਾਲੇ ਬੰਦੇ ਹੁੰਦੇ ਆ ਤਾਂ ਨਾ ਇੰਨੀ ਅਨਪੜ੍ਹ ਹੈ ਨਾ ਇਹਦਾ ਪਤਾ ਵੀ ਤਬਾਦਲਾ ਇੱਦਾਂ ਹੋਣਾ ਆ ਜੀ ਇਹਨਾਂ ਬੰਦਿਆਂ ਨੂੰ ਪਤਾ ਜਿਹੜੇ ਮੈਂ ਤੁਹਾਨੂੰ ਦੱਸਿਆ ਦੋ ਬੰਦੇ ਦੋ ਬੰਦੇ ਜੈਲਾ ਨੂੰ ਇੱਕ ਇਹਨੂੰ ਦੋਹਾਂ ਨੂੰ ਪਤਾ ਸੀ ਫਿਰ ਕੀ ਹੋਇਆ ਜਿਸ ਵੇਲੇ ਨਹੀਂ ਮੰਨੇ ਇਹ ਤਾਂ ਫਿਰ ਕਦੇ ਇਹਦਾ ਦਿਮਾਗ ਫਿਰ ਗਿਆ ਫਿਰ ਉਹਦਾ ਮੁੰਡਾ ਉਹਨਾਂ ਆਪਾਂ ਕਾਲ ਵਿੱਚ ਨੌਕਰ ਕਰਾਇਆ ਉਹਨਾਂ ਹੈਦਰ ਸੀ ਹੈਦਰ ਇਹ ਡਾਕਦਾਰ ਦਾ ਮੁੰਡਾ ਹਾਂਜੀ ਡਾਕਦਾਰ ਦਾ ਕੀ ਨਾਂ ਸੀ ਉਹਨਾਂ ਡਾਕਦਾਰ ਦਾ ਸੁਲਤਾਨ ਅਲੀ ਸੀ ਸੁਲਤਾਨ ਅਲੀ ਦਾ ਮੁੰਡਾ ਹੈਦਰ ਹੈਦਰ ਅੱਛਾ ਉਹ ਬੰਗਾਲ 'ਚ ਸੀਗਾ ਆਹੋ ਇਹ ਇੱਥੇ ਦੂਸਰੇ ਕਾਬਲ 'ਚ ਕਾਬਲ 'ਚ ਪਾਲਕਨ ਦਾ ਪਾਕਿਸਤਾਨ ਗਏ ਠੀਕ ਹੈ ਹਾਂਜੀ ਹਾਂਜੀ ਉਹਨੂੰ ਪਹਿਲਾਂ ਹੀ ਜਾਣੀ ਉੱਥੇ ਇਹ ਤੋਂ ਪਹਿਲਾਂ ਉਹਨੇ 6 ਬਰਬ ਉੱਥੇ ਖਰੀਦ ਲਿਆ ਉਸ ਬੰਦੇ ਨੂੰ ਵਾਹ ਉੱਥੇ ਕਾਬਲ 'ਚ ਕਿਉਂਕਿ ਅਸੀਂ ਉੱਥੇ ਨਹੀਂ ਜਾਣੇ ਉਹਦੀ ਇੱਕ ਲੜਕੀ ਸੀ ਉਹਦੇ ਗੁਆਂਢੀ ਗਈ ਸੀ ਉਸ ਘਰ ਦੇ ਵਿੱਚ ਇਹ ਬੰਦੇ ਰਹਿੰਦੇ ਸੀ ਅੱਛਾ ਹੁਣ ਇਸ ਘਰ ਵਿੱਚ ਉਹ ਬੰਦੇ ਰਹਿੰਦੇ ਆ ਗਿੱਲ ਰਹਿੰਦੇ ਸਰਾਲੀਏ ਨਹੀਂ ਗਿੱਲ ਇਹ ਰਹਿੰਦੇ ਆ ਇਹ ਰਹਿੰਦੇ ਆ ਉਹਦੇ ਘਰ 'ਚ ਉਹਦਾ ਉੱਥੇ ਕੁੜੀ ਸੀ ਵਿਆਹੀ ਅੱਛਾ ਉਹਦੀ ਅੱਗੇ ਪਿੰਡ 'ਚ ਵਿਆਹ ਹੁੰਦੇ ਡਾਕਦਾਰ ਦੀ ਉੱਥੇ ਉਹਨੇ ਵੀ ਇੱਕ ਮਰਬਾ ਲਿਆ ਸੱਤਵਾਂ ਉਹ ਫਿਰ ਮੰਨੇ ਨਹੀਂ ਦੋਏ ਨਾ ਜਵਾਈ ਮੰਨਿਆ ਨਾ ਤੀ ਮੰਨੇ ਜਾਣ ਨੂੰ ਉਹਦੇ ਨਾਲ ਮੰਨਿਆ ਨਹੀਂ ਉਹ ਫਿਰ ਕੀ ਕੀਤਾ ਡਾਕਦਾਰ ਜਿਹੜੇ 20 ਕੁ ਦਿਨ ਰਹਿ ਗਏ ਇਹ ਜਾਇਦਾਦ ਜਾ ਕੇ ਬਿਠੇ ਜੀ ਲੋਕਾਂ ਨੂੰ ਬਾਅਦ ਪਰ ਨਹੀਂ ਮੰਨੇ ਲੋਕ ਇਹਨਾਂ ਦੀ ਗੱਲ ਮੰਨ ਉੱਠੇ ਨਹੀਂ ਜਾਣੀ ਜਿਹੜੇ ਆ ਗਿਆ ਇਹ ਫਿਰ ਕੀਤਾ ਜਿਹੜਾ ਡਾਕਦਾਰ ਸਾ ਇਹ ਫਿਰ ਇਹਨੇ ਕੀਤਾ ਨਹੀਂ ਜਿਹੜੇ ਉਹਦਾ ਜਵਾਈ ਵੀ ਨਹੀਂ ਮੰਨਿਆ ਜਾਣ ਨੂੰ ਉਹ ਫਿਰ ਕੀਤਾ ਫਿਰ ਉਹਨੇ ਲਿਆ ਕੇ ਮਜ਼ਦੂਰ ਲਾ ਕੇ ਮਕਾਨ ਦੇ ਜਿਹੜੇ ਕੀਲੀਆਂ ਗੱਡੀਆਂ ਹੁੰਦੀਆਂ ਲੋਹੇ ਦੀ ਅੱਗੇ ਪਹਿਲੀਆਂ ਜੰਮੇ ਸਮੇਂ ਦੇ ਵਿੱਚ ਲੋਕ ਕੀਲੀਆਂ ਕਰਦੇ ਸੀ ਲੋਹੇ ਦੀਆਂ ਜਾਂ ਲੱਕੜੀ ਦੀਆਂ ਜੀ ਉਹਨੇ ਉਹ ਵੀ ਪੱਟ ਕੇ ਲੱਦ ਲਈ ਉੱਥੇ ਬਾਹਰ ਕੁੱਪ ਜਿਹਾ ਸੀ ਉਹ ਲੋਕਾਂ ਨੂੰ ਦੇ ਦਿੱਤੇ ਸਾਰਾ ਤਾਂ ਲੋਕ ਸਾਰੇ ਪਿੰਡ ਵਿੱਚ ਐਡੀ ਹੜਜਲ ਮੱਚ ਗਈ ਵੀ ਇਹ ਕੀ ਹੋਇਆ ਵੀ ਇਹ ਦੇਖੋ ਵੀ ਸਾਰੀ ਮਤਲਬ ਇੰਨੀ ਜਿਹੜੀ ਜ਼ਮੀਨ ਆ ਉਹ ਕਹਿੰਦਾ ਜ਼ਮੀਨ ਤੁਸੀਂ ਟੈਨਸ਼ਨ ਨਾ ਲਵੋ ਕੋਈ ਵੀ ਫਿਰ ਉਹਨੇ ਤੁਰ ਲੱਗੇ ਨੂੰ ਕਿਹਾ ਵੀ ਉੱਥੇ ਜਾ ਕੇ ਦਿਹਾੜੀਆਂ ਕਰੂੰਗਾ ਕਹਿੰਦਾ ਜ਼ਮੀਨ ਉੱਥੇ ਆ ਜਾਣੀ ਆ ਇਹ ਜ਼ਮੀਨ ਮੇਰੀ ਉੱਥੇ ਕਹਿੰਦਾ ਆ ਜਾਣੀ ਮੇਰੀ ਮਗਰ ਉਹ ਕਹਿੰਦੇ ਜ਼ਮੀਨ ਵੀ ਕਦੇ ਤੁਰ ਕੇ ਜਾਂਦੀ ਆ ਲੋਕਾਂ ਨੇ ਗਿੱਧਾ ਹੀ ਪਾ ਦਿੱਤੇ ਵੀ ਐਡਾ ਦਿਮਾਗ ਦਾ ਖਰਾਬ ਹੋ ਗਿਆ ਖਰਾਬ ਹੋ ਗਿਆ ਉੱਥੇ ਬਹੁਤ ਜਾਣੀ ਪਰੇਸ਼ਾਨ ਹੋਏ ਲੋਕ ਫਿਰ ਉਹ ਪਹੁੰਚ ਗਿਆ ਜੀ ਉਹ ਲੈ ਗਿਆ ਨਾਲ ਉਹ ਡਾਕਦਾਨੀ ਵੀ ਚੱਲ ਗਏ ਜਿਹੜਾ ਮੇਰਾ ਤਾਇਆ ਸਾ ਨਾ ਇਹਦੇ ਘਰ ਵਿੱਚ ਅੱਗੇ ਬੰਦਿਆਂ ਦੇ ਘਰਾਂ ਦੇ ਵਿੱਚ ਕੰਮ ਕਰ ਜਾਂਦਾ ਮੈਂ ਪਾਲ ਦੇ ਕੰਮ ਕਰਾਂ ਇੱਦਾਂ ਕੰਮੀ ਲੋਕਾਂ ਵਿੱਚ ਕੰਮ ਕਰਦੇ ਮਤਲਬ ਲੈਂਦੇ ਤਾਇਆ ਸੁਲਤਾਨ ਅਲੀ ਨਾਲ ਕੰਮ ਕਰਦਾ ਹਾਂ ਕਰਦਾ ਤੁਹਾਡੇ ਤਾਇਆ ਜੀ ਦਾ ਕੀ ਨਾਂ ਸੀ ਛੱਜੂ ਅੱਲਾ ਛੱਜੂ ਨੇ ਬੀਰੂ 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 ਪੱਕਾ ਜੁੜਿਆ ਸੀ ਉਹਨਾਂ ਨਾਲ ਪੱਕਾ ਜੁੜਿਆ
ਅੱਛਾ ਉਸ ਵੇਲੇ ਜਾਇਆ ਤਾਂ ਫਿਰ ਉਹ ਰੋਇਆ ਬਹੁਤ ਮੇਰਾ ਤਾਇਆ ਬੇਟਾ, ਉਹ ਕਹਿੰਦਾ ਤੂੰ ਟੈਨਸ਼ਨ ਨਾ ਲੈ, ਮੈਂ ਤਾਂ ਉੱਥੇ ਮੰਗਵਾ ਲਊਂਗਾ ਕਹਿੰਦਾ ਮਿਲਣ ਵਾਸਤੇ, ਪਰ ਅਸੀਂ ਇੱਥੇ ਰਹਿਣਾ ਨਹੀਂ ਹੈਗਾ। ਫਿਰ ਲੋਕਾਂ ਨੂੰ ਹਾਂ ਜਿਹੜੀ ਪਿੰਡ ਵਿੱਚ ਬਹੁਤ ਡੈਲ ਨੂੰ ਪਤਾ, ਉਹ ਤਾਂ ਡੈਲ ਦੀ ਸਾਮੀ ਤਕੜੀ ਸੀ, ਪੜ੍ਹੀ ਲਿਖੀ, ਉਹਨੇ ਕਿਹਾ ਮੈਂ ਤਾਂ ਹਵਾਈ ਜਹਾਜ਼ 'ਚ ਬਹਿ ਕੇ ਚਲੇ ਜਾਣਾ ਆਦਮਪੁਰੋਂ, ਨਹੀਂ ਮੰਨ ਨਾ ਮੰਨ ਨਾ ਮੰਨ, ਉਹਨੂੰ ਪਤਾ ਸੀ। ਫਿਰ ਜੀ ਅਸੀਂ ਹੋਇਆ ਚਲੋ 20 ਦਿਨ ਹੋਏ ਤਾਂ ਹੁਣ ਜਾ ਕੇ ਅਜਲਾਸ ਲਾਉਣੇ ਸਾਰਿਆਂ ਪਿੰਡਾਂ 'ਚ ਬਾਂਹੀਆਂ 'ਚ, ਤਾਂ ਕੋਈ ਆਉਣ ਨੂੰ ਤਿਆਰ ਨਹੀਂ ਸੀ। ਜ਼ੈਲਦਾਰ ਦਾ ਕੀ ਨਾਂ ਸੀ? ਸ਼ੇਰ ਮੁਹੰਮਦ ਸ਼ੇਰ, ਪਹਿਲਾਂ ਉਹਦੇ ਤੇਜ਼ ਨਾਂ ਸੀਗਾ ਬੁੱਕਣ। ਅੱਛਾ ਜੀ। ਹਾਂ ਮੈਂ ਦੇਖਿਆ ਨਹੀਂ, ਯਾਨੀ ਮੈਂ ਸ਼ੇਰ ਮੁਹੰਮਦ ਦੇਖਿਆ, ਉਹਦਾ ਜਗ੍ਹਾ ਇੱਥੇ ਜਿੱਥੇ ਆਪਾਂ ਇਕੱਠੇ ਹੋਏ ਹਾਂ ਹਨੁਮਾਨੇ ਦਾ, ਇੱਥੋਂ ਦੀ ਜਗ੍ਹਾ ਆ ਬੁੱਕਣ ਦੀ। ਉਹਦੇ ਬਾਅਦ ਇਹ ਲਈ ਸੀ ਜ਼ੋਰ ਨਾਲ, ਇਹ ਖਨੌੜੇ ਵਾਲਿਆਂ ਦੇ ਮੁਕਾਬਲੇ 'ਚ ਗੜ ਤੋਂ ਗੜ ਚੱਲ ਪਈ ਜੀ, ਖਨੌੜੇ ਦਾ ਸਹਾਇਕ ਇਹ ਫਿਰ ਇਹ ਸ਼ੇਰ ਖਾਂਦੇ ਨੇ ਉਹ ਮੁਕਾਬਲੇ 'ਚ ਖੜਾ ਹੋਇਆ। ਅੱਛਾ। ਫਿਰ ਇਹਨੇ ਕੀ ਕੀਤਾ, ਜ਼ੈਲਦਾਰੀ ਜਦੋਂ ਲਈ, ਹਾਂ ਜ਼ੈਲਦਾਰੀ, ਉਹ ਖੜਾ ਹੋ ਗਿਆ ਜੀ ਮੁਕਾਬਲੇ 'ਚ, ਠੀਕ ਹੈ, ਖਨੌੜੇ ਦਾ ਬੰਦਾ ਸਹਿੰਦਾ ਸੀ ਉਹ। ਫਿਰ ਜਦੋਂ ਇਹਨਾਂ ਦੀਆਂ ਤਰੀਕਾਂ ਪਈਆਂ ਉੱਥੇ ਪੇਸ਼ ਹੋਏ, ਇਹ ਫਿਰ ਅਖੀਰਲੀ ਹੁਕਮ ਦੀ ਤਰੀਕ ਸੀਗੀ ਜ਼ੈਲਦਾਰੀ ਦੀ, ਹੁਣ ਇਹਨਾਂ ਦੀ ਜੱਦੀ ਸੀਗੀ ਉਹ ਨਵੀਂ ਸੀ, ਇਹ ਜੱਦੀ ਸੀ, ਇਹਦੀ ਜੱਦੀ ਸੀ ਬੁੱਕਣ ਦਾ ਨਾਂ। ਜਦੋਂ ਉੱਥੇ ਗਏ ਕੀ ਕੀਤਾ, ਉਦੋਂ ਪੈਸੇ ਚਾਂਦੀ ਦਿੰਦੇ, ਇਹ ਕੋਈ 1000-2000 ਰੁਪਈਆ ਚਾਂਦੀ ਦਾ ਲੈ ਗਿਆ। ਜਦੋਂ ਉੱਥੇ ਜਾ ਕੇ ਗੱਲਬਾਤ ਹੋਈ, ਹਾਂ ਬਈ ਕੀ ਕੀ ਤੁਹਾਡੀ ਪ੍ਰੋਪਰਟੀ ਆ, ਕਿੰਨੀ ਕਿੰਨੀ ਤੁਹਾਡੀ ਵੈਲਿਊ ਆ, ਕਿੰਨੇ ਤੁਹਾਡੇ ਖੇਤ ਆ, ਸਭ ਪੁੱਛੇ। ਉਹ ਕਹਿੰਦਾ ਜੀ ਇੰਨੀ ਮੇਰੀ ਜ਼ਮੀਨ ਆ, ਜ਼ਮੀਨ ਬਹੁਤ ਸੀ ਉਹਦੀ ਜ਼ੈਲਦਾਰ ਦੀ, ਦਰ ਦਰ ਦੇ ਖਨੌੜੇ ਵਾਲੇ ਦੀ ਨਹੀਂ, ਖੋੜੇ ਦੀ ਘੱਟ ਸੀ, ਘੱਟ ਸੀ ਇਹਦੀ, ਜ਼ਿਆਦਾ ਇਹਦੀ, ਜ਼ਿਆਦਾ ਇਹਦੀ ਵੈਲਿਊ ਜ਼ਿਆਦਾ ਸੀ। ਉਹ ਫਿਰ ਕਹਿੰਦਾ ਉਹ ਅਖੀਰ 'ਤੇ ਕੀ ਹੋਇਆ, ਹਾਂ ਬਈ ਬਈ ਉਹ ਜ਼ਿਆਦਾ ਨੇ ਇਹ ਗੱਲ ਕਹੀ ਬਈ ਚਾਹੇ ਤਾਂ ਬਾਹੀਆਂ ਪਿੰਡਾਂ ਦਾ ਇਹ ਮਾਮਲਾ ਤਾਰ ਦੇ ਵੀ ਇੱਕ ਸਾਲ ਦਾ, ਨਹੀਂ ਤਾਂ ਮੈਂ ਤਾਰਦਾ ਇੱਥੇ ਉੱਥੇ ਜਾ ਕੇ। ਉਹ ਕਿਹੜਾ ਪੈਸੇ ਕੋਲ ਲੈ ਕੇ ਆਇਆ ਸੀ, ਜਦ ਇੰਨੀ ਅਣਪਾਤੀ ਇਸ ਜ਼ਿਆਦਾ ਨੇ, ਹਾਲਾਂਕਿ ਵਕੀਲਾਂ ਦਾ ਟੱਬਰ ਸੀ, ਹਾਂ ਵਾਜਦ ਅਲੀ ਖਾਨ ਸ਼ਾਇਦ ਉਹਦਾ ਨਾਂ ਸੀ, ਉਹ ਵੀ ਬੜਾ ਮਸ਼ਹੂਰ ਬੰਦਾ ਹੈ, ਮਸ਼ਹੂਰ। ਜਦ ਇੰਨੀ ਅਣਪਾਈ ਤਾਂ ਉਹ ਹੁਣ ਪੈਸੇ ਉਹ ਤਾਂ ਕੋਲ ਲੈ ਕੇ ਗਿਆ ਹੀ ਨਹੀਂ, ਉਹ ਕਹਿੰਦਾ ਜ਼ਿਆਦਾਰ ਸਾਹਿਬ ਮੁਹੰਮਦ ਜੀ, ਸ਼ੇਰ ਮੁਹੰਮਦ ਜੀ, ਵੀ ਤੁਸੀਂ ਪੈਸੇ ਹੁਣ ਤਾਰ ਦਿਓਗੇ? ਕਹਿੰਦਾ ਹਾਂ ਜੀ ਤਾਰ ਦਊਂਗਾ, ਬਾਹੀਆਂ ਪਿੰਡਾਂ ਦਾ ਮੈਂ ਪੈਸੇ ਤਾਰ ਦਊਂ ਮਾਮਲੇ ਦੇ, ਇੱਕ ਸਾਲ ਦੇ, ਉਹ ਤਾਂ 2 ਸਾਲਾਂ 'ਚ ਤਾਰ ਦਊਂ। ਫਿਰ ਉਹ ਕਹਿੰਦਾ ਵੀ ਤੂੰ ਦੱਸ ਬਈ, ਕਹਿੰਦਾ ਜੀ ਮੇਰੇ 'ਚ ਤਾਂ ਨਹੀਂ ਪਹੁੰਚਣੇ, ਬਸ ਗੱਲ ਜਾ ਸਾਨੂੰ ਨਹੀਂ ਪਹੁੰਚ ਤਾਂ ਹੋਊਗੀ, ਮੌਕੇ 'ਤੇ ਨਹੀਂ ਲੈ ਕੇ, ਮੌਕੇ 'ਤੇ ਨਹੀਂ ਲੈ ਕੇ, ਪਹੁੰਚ ਤਾਂ ਹੋਊਗੀ, ਪੈਸਾ ਮੌਕੇ 'ਤੇ ਵੰਡਲੇ ਵਾਲਿਆਂ ਨੇ ਚੌਂਕਾ ਮਾਰ ਦਿੱਤਾ, ਚੌਂਕਾ ਮਾਰਤਾ। ਅੱਛਾ। ਉਹ ਗਿਆ ਜੀ ਜ਼ਿਲ੍ਹੇ 'ਤੇ, ਇੱਥੇ ਜਾਂਦਾ ਰਿਹਾ ਜ਼ਿਆਦਾ ਪਿੰਡਾਂ 'ਚ, ਇਹ ਨਾ ਮੰਨੇ ਲੋਕ, ਜਿਹੜੀ ਮੰਡੀਰ ਹੁੰਦੀ ਹੈ ਪਿੰਡਾਂ 'ਚ ਖਰਾਬ ਕਰਦੀ ਹੈ ਜੀ, ਇਹ ਤੁਸੀਂ ਹੁਣ ਵੀ ਚੱਲਦੀ ਹੈ ਅੱਗੇ ਵੀ ਚੱਲਦੀ, ਕੋਈ ਵੀ ਪਿੰਡ ਦਾ ਮਸਲਾ ਹੋਵੇ ਨਾ, ਜਿਹੜੀ ਮੰਡੀਰ ਆ ਨੇ ਮੰਨਦੀ ਨਹੀਂ ਕਹਿਣਾ, ਇਹ ਜਵਾਨੀ ਹੁੰਦੀ ਨਾ ਫਿਰ, ਜਵਾਨੀ ਹੁੰਦੀ ਮਸਤਾਨੀ ਅਮਸਤਾਨੀ। ਉਹ ਫਿਰ ਇਹਦੇ ਮੁੰਡੇ ਪੁੱਛਦੇ ਸਰ ਕੰਜਰ ਮੁੰਡੇ ਨੌਸ਼ੇ ਵਿੱਚ, ਇਹਨੇ ਆਪਣੀ ਪਾਲਟੀ ਬਣਾ ਕੇ ਕਹਿੰਦਾ ਇਹ ਕਿਹੜੀ ਅਸੀਂ ਸਦਾ ਦੇ ਰਹਿਣੇ ਵਾਲੇ ਆ, ਇਹਨੇ ਜਾ ਕੇ ਇੱਥੇ ਜ਼ਬਰਦਸਤੀ ਟੋ ਨਾਲ ਲੈ ਕੇ 5-10 ਮੁੰਡੇ ਗਏ, ਜਾ ਕੇ ਤਾਂ ਚੱਲ ਗਏ ਉੱਥੇ ਜੱਲੋਵਾਲ, ਜੱਲੋਵਾਲ ਸੈਣੀਆਂ ਦੇ ਪਿੰਡ, ਹਾਂਜੀ। ਅੱਛਾ। ਟਾਈਮ ਸੀ ਕੋਈ 5 ਦਾ ਲਾ ਲਓ, ਗੱਲ ਛੱਲੀਆਂ ਦਾ ਮੌਕਾ ਜੀ, ਜਿੱਦਾਂ ਹੋਣ ਛੱਲੀਆਂ ਦਾ ਮੌਕਾ ਜੀ ਜੀ, ਉੱਥੇ ਪਹੁੰਚ ਗਏ ਜੀ। ਉਹ ਬਾਹਰ ਨਿਕਲਿਆ ਪਿੰਡ ਸਾਹਿਬ ਜੱਲੋਵਾਲ ਜੀ, ਸੈਣੀਆਂ ਜੱਟਾਂ ਦਾ ਸੀਗਾ, ਇਹਨੂੰ ਕਿੱਥੇ ਆ, ਉਹ ਕਹਿੰਦੇ ਇੱਦਾਂ ਕਰੋ ਜੈਲਦਾਦੇ ਕੋਲ ਰਹਿ ਫੜਿਆ ਉਹਨੂੰ ਲਿਆਓ। ਅੱਛਾ। ਲਾਨੇ ਉਹ ਕੱਲ੍ਹ ਤਾਂ ਸਾਡੇ ਮਿੰਡ 'ਚ ਅਜਲਾ ਲਾ ਕੇ ਜਿਹੜੇ ਤੁਸੀਂ ਸਾਨੂੰ ਛੇੜ ਦਿਓ, ਅਸੀਂ ਆਪਣੇ ਆਪ ਚਲੇ ਜਾਣਾ ਜੀ ਜੀ, ਵੀ ਜਿਹੜੇ ਛੇੜ ਪਈ ਨਾ ਮਾਣੀ ਮੁੱਠੀ ਦਬਕਾ ਹੋਇਆ ਵੀ ਚਲੇ ਜਾਣਾ ਅਸੀਂ, ਇੱਕ ਬੰਦੇ ਛੇੜਾ ਛੜੀ ਛੇੜਾ ਛੜੀ ਤਾਂ ਹੋ ਗਈ ਜਿਹੜੇ ਚੱਲ ਗਏ ਜੀ, ਜਦ ਪਹੁੰਚ ਗਏ ਛੇੜਾ ਛੜੀ ਹੋ ਗਈ ਹੋ ਗਈ ਸਾਡੀ। ਅੱਛਾ। ਉਸ ਵੇਲੇ ਉੱਥੇ ਖੜ੍ਹੇ ਉਹਨੂੰ ਜਾ ਕੇ ਬੇਨਤੀ ਕੀਤੀ, ਉਹਨਾਂ 'ਚ ਕੋਈ ਹਥਿਆਰ ਨਹੀਂ ਸੀ ਉਹਦੇ ਕੋਲ ਉਸ ਵੇਲੇ,
ਦੱਸਦੇ ਮੈਂ ਨਾਲ ਨਹੀਂ ਸੀ। ਅੱਛਾ ਜੀ। ਜਦੋਂ ਉਹ ਬਾਹਰ ਆਏ ਉਹ ਕਹਿੰਦੇ ਇੱਦਾਂ ਕਰੋ ਵੀ ਉਹਨੂੰ ਜੈਲਾਂ ਨੂੰ ਲਿਆਓ ਨਾ। ਅੱਛਾ ਵੀ ਤੁਸੀਂ ਉਹਨੂੰ ਕਿਵੇਂ ਨਾਲ ਜੈਲਾਂ ਨੂੰ, ਅਸੀਂ ਤੁਹਾਡੇ ਨਾਲ ਨਹੀਂ ਲੜਨਾ, ਇੱਕ ਬੰਦਾ ਜਾ ਕੇ ਜੈਲਾਂ ਨੂੰ ਲਿਆਓ, ਨਾਲ ਲਿਆ ਵੀ ਆਪਣੀ ਗੰਨ ਹੈ ਫਿਰ ਲੜੇ ਉਹ ਕਰ ਸਾਡੇ ਜਲਾਸ ਕਰਕੇ ਗਿਆ ਤੇ ਤੁਸੀਂ ਸਾਨੂੰ ਛੇੜਿਓ ਨਾ ਜੀ। ਸਾਡੇ ਪਿੰਡ ਹੋ ਸਕਦਾ ਸਾ ਫਿਰ ਕੈਂਪ ਸਾਡੇ ਪਿੰਡ ਲੱਗਣਾ ਸਾ ਜੀ ਜੇ ਉਹ ਛੇੜਖਾਨੀ ਨਾ ਕਰਦੇ। ਜਿਹੜੇ ਕਰਿਆ ਵੀ ਕੀਤਾ ਇੱਕ ਮੁੰਡਾ ਸਾ ਫੌਜੀ ਤੇਰੇ ਵਰਗਾ ਉੱਥੇ ਛੁੱਟੀ ਆਇਆ ਉਹਨੂੰ ਮਾਰੀ ਇੱਕ ਦੇ ਕੋਲ ਰੱਖਣ ਸੀਗੀ ਉਹਦੇ ਵਿੱਚ ਇੱਕ ਅੱਧਾ ਰੌਂਦ ਹੋਊਗਾ ਚੁੱਟੀ ਮਾਰੀ ਆਪਣਾ ਖੋ ਕੇ ਲੈ ਗਿਆ ਅਤੇ ਕੀ ਰਹਿ ਗਿਆ ਕੋਲ ਫਿਰ ਕੋਲ ਜਿਹੜੇ ਸੀਗੇ ਨਾ ਮਰਾਸੀ ਮਰੂਸੀ ਬਾਕੀ ਆਹ ਚੀਰ ਇਹਨਾਂ ਕੋਲ ਗਲੇ ਲਾਉਂਦੇ ਤੁਲਸੀ ਦੀ ਉਹ ਬਹੁਤ ਮਾੜੀ ਸੀ ਅਤੇ ਤੁਲਸੀ ਗਲੇਰ ਦੇਖੀ ਆ ਗਲੇਰ ਤਾਂ ਦੇਖੀ ਆ ਗਲੇਰ ਸਿੱਧੀ ਤਾਂ ਦੇਖੀ ਆ ਤੁਲਸ਼ਾ ਜਿੱਦਾਂ ਬਹਿੰਗੀ ਹੁੰਦੀ ਬਹਿੰਗੀ ਦੇਖੀ ਜੀ 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 ਬਹਿੰਗੀ ਹਾਂਜੀ ਬਹਿੰਗੀ ਜਿਹੜਾ ਪਰ ਉਹ ਬਹਿੰਗੀ ਦੀ ਲੱਕੜੀ ਦੀ ਬਣਦੀ ਆ ਉਹਨੂੰ ਦੋ ਤੰਦ ਹੁੰਦੇ ਉਹਦੇ ਵਿਚਾਰੇ ਚਮੋਟਾ ਹੁੰਦਾ ਉਹ ਮੰਡੇ ਨੂੰ ਪਾਣੀ ਨਹੀਂ ਪੀਣ ਦਿੰਦੀ ਇੰਨਾ ਉਹਦਾ ਰੌਣ ਖੜਾ ਹੁੰਦਾ ਹੁੰਦਾ ਆ ਪੱਤ ਕੇ ਨਾ ਮਿੱਟੀ ਦੇ ਮਿੱਟੀ ਦੀ ਗੋਲੀ ਗੋਲੀਆਂ ਵੱਟੀਆਂ ਗੋਲੀਆਂ ਵੱਟ ਕੇ ਤਾਂ ਪੱਕੀਆਂ ਕਰ ਲੈਣੀਆਂ ਅੱਗ ਵਿੱਚ ਸੱਟ ਕੇ ਸੋਹਣੀ ਲੱਗਦੀ ਉਹ ਬਹੁਤ ਅਨੁਭਵ ਹੁੰਦਾ ਜਾਂ ਗੋਲੇ ਲੈਣੇ ਗੋਲਾ ਦੇਖਿਆ ਹਾਂ ਜੀ ਉਹ ਗੋਲਾ ਜਾਂ ਉਹ ਲੈਣੇ ਉਹ ਬੰਦੇ ਦੀ ਪੁੜੀ ਪੁੜੀ ਲੱਗਦਾ ਬੰਦਾ ਪਾਣੀ ਨਾ ਮੰਗੋ ਇੰਨੀ ਉਹਦੀ ਸਪੀਡ ਹੁੰਦੀ ਆ ਚੱਲਦੀ ਬਹੁਤ ਜ਼ੋਰ ਨਾਲ ਜਿੰਨੀ ਖਿੱਚਣੀ ਹੈ ਨਾ ਉੱਨੀ ਦੂਰ ਦੌੜ ਜਾਊਗਾ ਜੀ 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 ਉਹ ਇੱਕ ਦੋ ਦੇ ਮਾਰੇ ਲੱਗੇ ਲੁੱਗੇ ਹੈ ਨੇ ਬਸ ਫਿਰ ਤਾਂ ਹਰੀਆਂ ਬੇਲਾਂ ਨੂੰ ਚੱਲ ਗਏ ਉਹ ਲੋਕ ਫਿਰ ਤੈਨੂੰ ਪਤਾ ਫਿਰ ਜਦੋਂ ਜਿਹੜੀ ਤਰੀਕ ਸਿੰਘ ਜਿੱਦਾਂ ਹੁਣ ਗੌਰਮੈਂਟ ਇੱਧਰ ਲਈ ਮਦਦ ਕਰਦੀ ਸੀ ਜਿਹੜੀ ਇਹ ਗੌਰਮੈਂਟ ਸੀ ਇਹ ਫਿਰ ਸਿੱਖਾਂ ਦੀ ਮਦਦ ਕਰਦੀ ਸੀ ਉੱਧਰ ਮੁਸਲਮਾਨ ਦੀ ਮਦਦ ਕਰਦੀ ਸੀ ਠੀਕ ਹੈ ਗੌਰਮੈਂਟ ਠੀਕ ਹੈ ਇਹਦਾ ਮੁਕਾਬਲਾ ਵੀ ਹੋ ਚੁੱਕਾ ਠੀਕ ਹੈ ਫਿਰ ਹੁਣ ਜਿਸ ਵੇਲੇ ਇਹ ਗੱਲ ਹੋਈ ਤਾਂ 1200 ਬੰਦਾ ਆ ਗਿਆ ਸ਼ਾਮ ਨੂੰ ਅੱਛਾ ਉਹ ਤੋਂ ਭੱਜ ਕੇ ਇਹ ਅਸਲਾ ਗੌਰਮੈਂਟ ਇਹਨਾਂ ਦਿੰਦੀ ਸੀ ਉਹਨਾਂ ਨੂੰ ਵੀ ਦਿੰਦੀ ਸੀ ਜੀ 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 ਮੁਸਲਮਾਨ ਦੇ ਕੋਲ ਅਸਲੇ ਹੈ ਨਹੀਂ ਸੀ ਅਠਾਲਾਂ ਦੇ ਮਾਰੇ ਉਹਨਾਂ ਨੂੰ ਇੰਨਾ ਸੀ ਵੀ ਤੁਸੀਂ ਮਾਰੋ ਨਾ ਕਿਸੇ ਨੂੰ ਜੋਗਾ ਸਿੰਘ ਆਇਆ ਸੀ ਲਹਿਲੀ ਵਾਲਾ ਹਾਂਜੀ ਰਾਜਨੀ ਦਾ ਸੀ ਉਹ ਹਾਂਜੀ ਸੈਣੀ ਮੈਂ ਉਹਨੂੰ ਮਿਲਿਆ ਕਈ ਵਾਰ ਹਾਂ ਉਹ ਆਇਆ ਹੋਗਾ ਬਈ ਉਹ ਮੇਨ ਉਹ ਸੀਗਾ ਮੂਰੇ ਆਇਆ ਬਈ ਆਏ ਸਾਡੀ ਬਰਾਦੀ ਉਹ ਹਵਾ ਇਹੋ ਜਿਹੀ ਸੀ ਜੀ ਜੀ ਇਹਦਾ ਨਹੀਂ ਹਵਾ ਸੀ ਉਹਦੇ ਵਿੱਚ ਜਿਹੜੇ ਸਾਡੀ ਬਰਾਦੀ ਉਹ ਵੀ ਮੁੰਡੇ ਵਿੱਚ ਰੱਖ ਗਏ ਹਾਂਜੀ ਕਿਉਂਕਿ ਹਵਾ ਤਬਦੀਲ ਹੋ ਗਈ ਬਿਲਕੁਲ ਬਿਲਕੁਲ ਖੂਨ ਖੂਨ ਦਾ ਰਿਸ਼ਤਾ ਇਹੋ ਜਿਹਾ ਹੋ ਗਿਆ ਵੀ ਤੂੰ ਮੈਨੂੰ ਨਹੀਂ ਦੇਖ ਕੇ ਆਈ ਮੈਂ ਤੈਨੂੰ ਨਹੀਂ ਨਾਲੇ ਬਾਬਾ ਜੀ ਹੋਰ ਵੀ ਗੱਲ ਹੋ ਗਈ ਨਾ ਇੱਧਰ ਮੁਸਲਮਾਨ ਅਤੇ ਉੱਧਰ ਹਿੰਦੂ ਸੀ ਉਹਦਾ ਹਿੰਦੂ ਸੀ ਉਹਨਾਂ ਜੜ੍ਹਾਂ ਨਹੀਂ ਰਹੀਆਂ ਚਲੋ ਵੀ ਉਹ ਵਿਚਾਰੇ ਬੇਬਸ ਹੋ ਗਏ ਬੇਬਸ ਹੋ ਗਏ ਉਹ ਫਿਰ ਕੁੱਤੇ ਵੀ ਸ਼ੇਰ ਬਣ ਜਾਂਦੇ ਆ ਇੱਦਾਂ ਵੀ ਬਣ ਦੋਨੇ ਪਾਸੇ ਇੱਦਾਂ ਹੋਈ ਇੱਦਾਂ ਹੋਈ ਅੱਛਾ ਉਹ ਜਿਹੜੇ ਇੱਥੇ ਆ ਗਏ ਤਾਂ ਜ਼ਿਆਦਾ ਨੂੰ ਪਤਾ ਲੱਗ ਗਿਆ ਕਹਿੰਦਾ ਬੜੀ ਮਾੜੀ ਗੱਲ ਹੋਈ ਹਾਂ ਇਹਨਾਂ ਨੂੰ ਕੀ ਕਹਿਣਾ ਇਕੱਲਾ ਆਦਮੀ ਕੀ ਕਹੇ ਉਹ ਆ ਗਿਆ ਜੀ 5 ਵਜੇ ਇੱਥੇ ਇੱਥੇ ਬਾਬੇ ਝੇਰੇ ਸ਼ਾਹ ਆਏ ਉਸ ਵੇਲੇ ਮੌਜੂਦ ਬਾਬੇ ਝੇਰੇ ਸ਼ਾਹ ਤਾਂ ਦੂਜੀ ਤੀਜੀ ਗੱਦੀ 'ਤੇ ਜਾ ਗਿਆ ਸੀ ਇਹ ਫਜ਼ਲ ਸ਼ਾਹ ਉਸ ਵੇਲੇ ਨਾਂ ਸੀ ਉਹਨਾਂ ਦਾ ਅੱਛਾ ਉਹਨਾਂ ਦਾ ਪੋਤਾ ਲੱਗਦਾ ਸੀ ਪੋਤਾ ਉਹ ਸਾ ਉਹਨੇ ਉਹਨੇ ਕਿਹਾ ਬਾਬਾ ਉਹਨੂੰ ਕੀ ਕਹਿਣਾ ਕਹਿੰਦਾ ਬਾਬਾ ਜੀ ਦੇਖੋ ਪਾਣੀ ਨੂੰ ਮੰਨਣਾ ਪੈਣਾ ਤੁਹਾਨੂੰ ਕਿਉਂਕਿ ਉੱਤੋਂ ਤਰੀਕ ਹੋ ਚੁੱਕੀ ਹੈ ਰੱਬ ਦੀ ਹੋ ਗਈ ਹੈ ਬਈ ਤੁਸੀਂ ਪਾਕਿਸਤਾਨ 'ਚ ਜਾਣਾ ਤੁਹਾਡਾ ਉੱਥੇ ਵੀ ਸਥਾਨ ਹੈਗਾ ਹਾਂਜੀ ਉੱਥੇ ਵੀ ਹੈਗਾ ਹੁਣ ਵੀ ਹੈਗਾ ਹਾਂਜੀ ਬੜਾ ਮਸ਼ਹੂਰ ਹੈ ਜੀ ਪਿੰਡ ਦਾ ਹਰਮੋਇਆ ਆ ਹਰਮੋਇਆ ਹਾਂਜੀ ਹਰਮੋਇਆ ਉੱਥੇ ਲਾਲਪੁਰ ਦੇ ਜ਼ਿਲ੍ਹੇ ਵਿੱਚ ਹਰਮੋਇਆ ਹੁਣ ਵੀ ਹੈਗਾ ਹੈਗਾ ਉੱਥੇ ਰਹਿੰਦੇ ਆ ਉੱਥੇ ਤੁਸੀਂ ਜਾਣਾ ਉੱਥੇ ਜ਼ਮੀਨ ਵੀ ਅਡੇ ਨੇ ਜੀ ਜੀ ਬਈ ਤੁਸੀਂ ਆਰਾਮ ਨਾਲ ਉੱਥੇ ਚਲੇ ਜਾਓ ਤਾਂ ਅਸੀਂ ਤੁਹਾਨੂੰ ਕਹਿਣਾ ਕੁਛ ਨਹੀਂ ਚਲੋ ਕੀ ਕਹਿਣਾ ਉੱਧਰ ਉੱਠ ਕੇ ਸ਼ਾਨ ਛੱਲੇ ਸੀ ਬਾਕੀ ਮਕਾਨ ਵੀ ਸੀ ਥੋੜ੍ਹੇ ਬਹੁਤ ਚਲੋ ਘਰ ਆ ਗਿਆ ਇਹ ਜ਼ਰਾ ਦੇਖੇ ਫਿਰ ਤੁਹਾਨੂੰ ਪਤਾ ਗੋਲੀਆਂ ਨਾ ਫਿਰ ਕੀ ਕਹਿਣਾ ਫਿਰ ਇਹਨੇ ਫਿਰ ਇੱਥੇ ਆ ਕੇ ਕਿਹਾ ਇੱਥੇ ਚੋਈ ਦੇ ਕੰਢੇ ਫਿਰ ਵੀ ਤੁਸੀਂ ਬਾਹਰ ਕਰਨਾ ਕਿ ਅਸੀਂ ਕਰੀਏ ਹੁਣ ਉਹਨਾਂ ਕੋਲ ਤਾਂ ਅਸਲਾ ਸਾਡੇ ਕੋਲ ਗਰੇਲਾ ਹੀ ਸੀ ਜੀ
ਉਹਦਾ ਮੁੰਡਿਆਂ ਦੇ ਇੱਕ ਦੋ ਦੇ ਮਾਰੀਆਂ ਸੱਟ ਲੱਗੀ ਆ ਮੁੰਡਿਆਂ ਦੇ। ਤੁਸੀਂ ਤੁਸੀਂ ਮੁਸਲਮਾਨਾਂ ਵੱਲ ਖੜੇ ਹੋਏ ਤੁਹਾਡੇ ਬਜ਼ੁਰਗ? ਅਸੀਂ ਆ ਕੇ ਦੇਖ ਕੇ ਚੱਲ ਗਏ ਡਰਦੇ ਮਾਰੇ, ਸਾਡੇ ਕੋਲ ਕਿਹੜੇ ਹਥਿਆਰ ਸੀ? ਹਥਿਆਰ ਤਾਂ ਇਹਨਾਂ ਕੋਲ ਵੀ ਹੈ ਨਹੀਂ ਸੀ, ਅਸੀਂ ਤਾਂ ਸਕੇ ਦਸ ਦਸ ਅਸੀਂ ਕੀ ਲੜਨਾ ਸਰ, ਸਾਡੀ ਉਮਰ ਬਹੁਤ ਘੱਟ ਸੀ। ਨਹੀਂ ਤੁਹਾਡੇ ਬਜ਼ੁਰਗ ਨਾਲ ਖੜੇ? ਨਹੀਂ ਬਿਲਕੁਲ ਨਹੀਂ, ਇਹਨਾਂ ਨੂੰ ਕੀ ਲੋਕ ਚਿੰਡੀਆਂ ਦਾ ਇਹ ਛੇੜਦੇ ਆ ਜੀ ਜੀ, ਇਹ ਕੋਈ ਨਹੀਂ ਸਾਡਾ ਬੰਦਾ ਕੋਈ ਨਹੀਂ ਆਇਆ, ਨਹੀਂ ਗਿਆ ਤਾਂ ਨਾ ਤਾਂ ਖੜਾ ਕਿਸੇ ਚੋਂ ਨਹੀਂ ਆਇਆ, ਨਾ ਖਤਰੀ ਆ ਗਿਆ ਜੀ, ਇਹ ਆਈ ਸ਼ੋਕਰ ਵੀ ਪਿੰਡ 'ਚ ਹਰਿਆਏ ਪੈਣੀ ਆ। ਅੱਛਾ ਆਈ ਸ਼ੋਕਰ ਫੇਰ ਜੀ ਜੀ, ਇੱਥੇ ਮੋੜੇ ਜੀ ਖਾਸ ਬੰਦੇ ਜ਼ਿਆਦਾ ਨਾ, ਉਹਦੇ ਕੋਲ ਗੰਨ ਸੀ ਉਹ ਨਹੀਂ ਆਇਆ ਜੀ, ਕਹਿੰਦਾ ਵੀ ਜਦ ਉਹਨੂੰ ਪਤਾ ਵੀ ਸਿਰ ਚੱਲ ਜਾਣਾ, ਜੁੱਤੀਆਂ ਖਾ ਕੇ ਜ਼ਰੂਰ ਜਾਣਾ, ਉਹਦਾ ਇਹ ਕਿਹਾ ਜ਼ਿਆਦਾ ਨੇ ਵੀ ਰਜ਼ਾਮ ਮੰਦ ਨਾਲ ਚੱਲ ਜਾਓ, ਜ਼ਿਆਦਾ ਮਲੀ ਹੋਣੀ। ਬਸ ਇਹ ਕੀ ਹੋਇਆ, ਫਿਰ ਗੋਲੀ ਚੱਲ ਗਈ ਪਿੰਡ 'ਚ, ਸਭ ਫਸਲਾਂ ਫਸਲਾਂ ਵਿੱਚ ਲੋਕ ਚੱਲ ਗਿਆ, ਫਿਰ ਸਾਡੀ ਬਰਾਦਰੀ ਦੇ ਵਿੱਚ ਬੰਦੇ ਸੀਗੇ, ਸਾਡੀ ਬਰਾਦਰੀ ਬੰਦੇ ਸੀਗੇ, ਇੱਕ ਮੇਰਾ ਭਰਾ ਇੱਥੇ ਵਿਆਹ ਸਾਲਿਆ ਨਹੀਂ, ਉਹਦਾ ਸਾਲਾ ਸਾ ਨਾਲ, ਹੁਣ ਫਿਰ ਆ ਕੇ ਉਹ ਇੱਦਾਂ ਸੀ ਬੰਦੇ ਵਿੱਚ ਪਾਇਆ ਉਹ ਨਹੀਂ ਵੀ ਕਿਸੇ ਦੇ ਤਖਾਣ ਦੇ ਜਾਂ ਬਾਲ ਲਿਖੇ ਦੇ ਜਾਂ ਐਸੀਆਂ ਦੇ ਘਰਾਂ 'ਚ ਅੱਗ ਨਾ ਸਾਥੇ ਲੱਗ ਜਾਵੇ, ਉਹ ਇਹਨਾਂ ਦਾ ਬੰਦਾ ਨਾ ਬਣੇ। ਨਾਲ ਲੈ ਕੇ ਆਏ ਸੀ? ਹਾਂ ਨਾਲ ਲੈ ਕੇ ਉਹ ਬੰਦੇ ਆਏ ਸੀ ਵਿੱਚ, ਵੀ ਤੁਸੀਂ ਨਾਲ ਚਲੋ ਵੀ ਕੋਈ ਨਜਾਇਜ਼ ਬੰਦਾ ਨਾ ਮਾਰਿਆ ਜਾਵੇ, ਸਾਡਾ ਬੰਦਾ ਨਾ ਮਾਰੋਗੇ, ਮੁਸਲਮਾਨ ਦਾ ਮਰ ਜਾ ਮਰ ਜਾ ਉਹ ਨਾ ਕੋ ਮਰੇ। ਠੀਕ ਇਹ ਸੀ ਤਖਾਣਾ ਦੇ ਘਰ ਦੇ, ਸਾਡੇ ਪਿੰਡ ਇੱਕ ਮੇਲਾ ਮੇਲਾ ਸੀਗਾ, ਉਹ 10 ਵਿੱਚ ਸੀਗਾ, ਸਿਰਫ ਸਾਡੀ ਬਰਾਦਰੀ ਆ। ਅੱਛਾ 10 ਨੰਬਰੀਆਂ? ਹਾਂ 10 ਨੰਬਰੀਆਂ। ਅੱਛਾ ਤੇ ਸਾਡੇ ਵਿੱਚ 2 10 ਨੰਬਰੀਏ ਸੀਗੇ। ਇਹ ਉਹਨਾਂ ਦੀ ਪਹਿਲਾਂ ਗੱਲ ਸੁਣਾਓ, ਉਹ ਇੱਕ ਮੇਲਾ ਦੇ ਇੱਕ ਦੂਜਾ ਦੂਆ ਫਜਾ ਸੀ ਉਹਨਾਂ ਦਾ, ਫਜਾ ਨਹੀਂ ਖਰੇ ਕਰਸ਼ਾਇਦ ਇਹਦਾ ਨਾਂ ਸੀ। ਉਹ ਕੀ ਕੰਮ ਕਰਦੇ ਸੀ ਜਿਹੜੇ 10 ਨੰਬਰੀਆਂ 'ਚ ਆ ਗਏ? 10 ਨੰਬਰੀਆਂ ਉਹਨੇ ਪਹਿਲਾਂ ਕੋਈ ਚੋਰੀਆਂ ਕੀਤੀਆਂ ਅੰਗਰੇਜ਼ਾਂ ਦੇ ਰਾਜਾਂ 'ਚ। ਅੱਛਾ ਹੌਲੀ ਹੌਲੀ ਚੋਰੀਆਂ ਕਰਦੇ, ਹਰੇਕ ਪਿੰਡ 'ਚ ਇੱਕ ਇੱਕ ਦੋ ਦੋ ਹੁੰਦੇ ਸੀ, ਹੁੰਦੇ ਸੀ ਸਾਡੇ ਜਿਹੜੀ 2 ਸੀ, ਸਾਡੇ ਪਿੰਡ ਦਾ ਦਾਦੇ 15-20 ਸੀਗੇ। ਆਹਾ ਹੋਏ ਸੀਗੇ ਇਹ ਫਿਰ ਗੌਰਮੈਂਟ ਨਾ ਅੰਗਰੇਜ਼ਾਂ ਨੇ ਇਹ ਫਿਰ 10 ਚੱਲ ਖਾਤੇ, 10 ਨੰਬਰੀਏ ਕਹਿੰਦੇ। 10 ਏਦਾਂ ਸੀ ਵੀ ਇਹ ਫਿਰ ਚੌਕੀਦਾਰਾ ਵੀ ਸੀਗਾ ਪਿੰਡਾਂ 'ਚ ਉਦੋਂ। ਹਾਂਜੀ ਅੱਗੇ 4-5-3 ਬੰਦੇ ਚੌਕੀਦਾਰ ਹੁੰਦੇ ਪਿੰਡ ਦੇ। ਹਾਂਜੀ ਉਹਨੇ ਫਿਰ ਆ ਕੇ ਘਰ ਘਰ ਹਾਕਾਂ ਮਾਰਨੀਆਂ, ਇਹਨੇ ਵੀ ਹਾਕ ਮਾਰਨੀ ਆ। ਅੱਛਾ ਦਾਸੀ ਨੂੰ ਵੀ ਘਰ ਆ ਹਾਜ਼ਰੀ ਲਾਉਣੀ ਆ ਰੋਜ਼ ਰੋਜ਼, ਹਦਾਇਤ ਵੀ ਤੈਨੂੰ ਤਨਖਾਹ ਤਾਂ ਮਿਲੀ, ਰੋਜ਼ ਨੂੰ ਮੇਲੀ ਨੂੰ ਹਾਕ ਮਾਰਨੀ ਆ, ਉਹਨੂੰ ਵੀ ਮਾਰਨੀ ਆ ਕਿਤੇ ਘਰੇ ਹੀ ਆ। ਚਲੋ ਪਿੰਡ ਬਾਅਦ 'ਚ ਜਨਾਬ ਵੀ ਸਾਡੇ ਹੁਣ ਚਾਹੇ ਦੱਸਦੇ ਨਹੀਂ ਸੀ ਸਾਡੇ ਬੰਦੇ ਜਿਹੜਾ ਆਹੋ ਸੀਗਾ ਜੀ ਘਰੇ ਝੂਠ ਬੋਲ ਦੇਣਾ। ਹਾਂ ਬੋਲਣਾ ਪੈਂਦਾ, 10 ਨੰਬਰੀਆਂ ਮੋੜ ਕੇ ਬੋਲਣਾ ਪੈਣਾ, ਬੋਲਣਾ ਪੈਣਾ। ਹਾਂਜੀ ਤਾਂ ਉਹ ਜਾਇਦਾਦ ਦੇ ਹੱਥਾਂ 'ਚ ਸੀਗੇ ਬੰਦੇ, ਉਹ ਜਾਇਦਾਦ ਦੇ ਵੀ ਇਹ ਗੱਲ ਕਿਹੜੀ ਵੀ ਸਾਰੇ ਜੇ ਤਾਂ ਤੁਸੀਂ ਨਾ ਫੜ ਨਾ ਹੋਇਓ ਫਿਰ ਮੈਂ ਤੁਹਾਨੂੰ ਬਚਾ ਲਊਂਗਾ, ਜੇ ਫੜੋਗਾ ਫਿਰ ਨਹੀਂ ਸਾਹਿਬ। ਚੌਕੀਦਾਰ ਕਹਿੰਦੇ ਮੁਸਲਮਾਨ ਸੀ ਉਦੋਂ? ਮੁਸਲਮਾਨ ਸਾਡੇ ਬੰਦੇ ਵੀ ਸੀਗੇ। ਚੌਕੀਦਾਰ ਕਿੰਨੇ ਸੀ ਉਦੋਂ ਪਿੰਡ 'ਚ? ਸੀਗੇ 4 ਹੁੰਦੇ ਸੀ, ਤੇ ਨਾਂ ਦੱਸੋ ਇਹ 2 ਮੁਸਲਮਾਨ ਕਿਹੜੇ ਸੀਗੇ? ਇੱਕ ਤਾਂ ਅਛਰੂ ਸੀਗਾ ਸਾਡੀ ਬਰਾਦਰੀ ਦਾ। ਅੱਛਾ ਜੀ। ਇੱਕ ਸੀਗਾ ਦੂਆ ਤੇ ਭਗਤੂ। ਅੱਛਾ ਇਸ ਸੀਗੇ ਸਾਡੀ ਬਰਾਦਰੀ ਦੇ ਚੌਕੀਦਾਰ। ਮੁਸਲਮਾਨਾਂ ਦੇ? ਮੁਸਲਮਾਨਾਂ ਦਾ ਨਹੀਂ ਸੀ ਕੋਈ, ਚੇਤਾ ਨਹੀਂ। ਹਾਂ ਨਹੀਂ ਉਹ ਮੈਂ ਚੌਕੀਦਾਰ ਨਹੀਂ ਸੀ ਕੋਈ। ਅੱਛਾ ਬਸ ਉਹ ਵੀ ਤੇ ਫਿਰ ਜਿਹੜੇ ਅਛਰੂ ਹੋਣੀ ਉਦੋਂ ਜਿਹੜੇ ਤੁਹਾਡੇ ਜਿਹੜੇ 10 ਨੰਬਰੀਏ ਸੀ ਇਹ ਵੀ ਨਹੀਂ ਮੁਸਲਮਾਨਾਂ ਨਾਲ ਖੜੇ ਜ਼ੈਲਦਾਰ ਨਾਲ? ਨਹੀਂ। ਅੱਛਾ ਇਹ ਨਹੀਂ ਖੜੇ? ਅੱਛਾ ਤੇ ਉਹਨਾਂ ਨੇ ਆ ਕੇ ਘੇਰਾ ਪਾ ਲਿਆ ਜਾਂ ਉਹਦਾ ਬਦਮਾਸ ਉਹਨੇ ਕੀ ਬਣ ਕੀ ਲੋੜ ਸੀ ਲੈਣ ਦੀ, ਉਹ ਤਾਂ ਚੋਰੀ ਵਾਲੇ ਬੰਦੇ ਸੀਗੇ, ਪਰ ਉਹ ਜ਼ੈਲਦਾਰ ਨਹੀਂ ਜਦ ਕਿਹਾ ਉਹਨਾਂ ਨੂੰ ਕੀ ਲੋੜ ਸੀ ਜਾਣ ਦੀ, ਤਾਂ ਜਾਂਦੇ ਤਾਂ ਜੇ ਜ਼ੈਲਦਾਰ ਕਹਿੰਦਾ ਬਣਾ ਨੂੰ। ਬੰਦੇ ਕਿਸ ਪਾਸਿਓਂ ਪਏ ਸੀਗੇ ਬਦਲੇ 'ਤੇ? ਇੱਥੇ ਇਸ ਪਾਸੇ, ਇਸ ਪਾਸੇ ਸੀਣਾ ਵੱਲੋਂ ਆਉਂਦੇ ਆ ਪੱਟੀ ਬਣਾਉਂਦੇ ਐਸੀ ਰੋਡ 'ਤੇ ਇੱਥੋਂ ਆਏ ਨਾ ਹਰੀਆਂ ਮਿਲਾਂ ਚੇਲਾ ਐਸੇ ਕਰਕੇ ਫਿਰ ਆ ਕੇ ਘੇਰਾ ਪਾ ਲਿਆ। ਘੇਰਾ ਪਾ ਲਿਆ। ਅੱਛਾ ਫਿਰ ਕੀ ਹੋਇਆ? ਫਿਰ ਕਿਹੜੀ ਖੈਰ ਕਰਤੀ ਸ਼ੁਰੂ ਵੱਲ ਕੌਸਲਾ ਸੀਗਾ, ਛਾਂ ਕਰਤੀ ਉਹਨੇ ਫਿਰ ਮਤਲਬ ਇੰਨੀ ਵੱਡੀ ਅੱਗ ਵੀ ਲਾਤੀ, ਜਿਹੜੇ ਖੜੇ ਖੜੇ ਮਕਾਨ ਸੀ ਮੁਸਲਮਾਨਾਂ ਨੂੰ ਦੇਖ ਕੇ ਨਾ ਅੱਗ ਲਾਤੀ, ਕੋਈ ਫਸਲਾਂ ਲੋਕ ਨੱਠ ਗਏ, ਕੋਈ ਮਰ ਵੀ ਗਏ,
ਮਰਦ ਨਸ ਗਏ ਵਿੱਚ ਜਿਹੜੇ ਤੁਸੀਂ ਦੇਖਿਆ ਮੁਸਲਮਾਨਾਂ ਦੀਆਂ ਲਾਸ਼ਾਂ? ਹਾਂ ਦੇਖੀਆਂ, ਸਾਡੇ ਬੁਣਿਆ ਨਸਬੀ ਨੇ ਇਹੀ ਆਰਡਰ ਆਇਆ ਗੌਰਮੈਂਟ ਨੂੰ ਵੀ ਇਹ ਦੱਬੋ। ਕਿੰਨੇ ਕੁ ਬੰਦੇ ਮਾਰੇ ਗਏ ਹੋਗੇ ਇੱਥੇ? ਪੰਜ ਦਸ ਤਾਂ ਸੀਗੇ ਸੀਗੇ ਰਾਤ ਨੂੰ ਜਿਹੜੇ ਘਰਾਂ ਵਿੱਚ। ਅਤੇ ਜ਼ੈਲਦਾਰ ਸ਼ੇਰ ਮੁਹੰਮਦ ਸਹੀ ਇਹ ਤਾਂ ਫਿਰ ਇਹ ਤਾਂ ਨਿਕਲ ਗਿਆ, ਇਹ ਤਾਂ ਫਿਰ ਉਸੇ ਵੇਲੇ ਜਿਹੜੇ ਬਾਕਿਆ ਹੋਇਆ ਉਸ ਲਈ ਚਲਾ ਗਿਆ। ਕੱਢੇ ਦਿੱਤਾ ਹੋਣਾ ਕਿ ਬੜੀ ਸਾਂਝ ਹੋਣੀ ਆ। ਹਾਂ ਸਾਂਝ ਕੇ ਜਾਇ ਤੇ ਪਿੰਡੋਂ ਚਲ ਗਿਆ ਉਹ। ਇਹ ਪਹਿਲਾਂ ਵੀ ਇੰਤਜ਼ਾਮ ਕੀਤੀ ਉਸਨੇ ਤਕੜੇ ਬੰਦਿਆਂ ਨੇ, ਤਕੜੇ ਬੰਦਿਆਂ ਨੇ ਉੱਥੇ ਏਅਰਪੋਰਟ ਤੋਂ ਗੱਲ ਕੀਤੀ ਸੀ ਉਹਨੇ। ਅੱਛਾ ਇੱਥੇ ਹਜਾਜੇ ਗਿਆ ਉਹ ਭਾਈ। ਵੈਸੇ ਉੱਦਾਂ ਪਿੰਡ ਦੀ ਚਲੋ ਇੱਜ਼ਤ ਦੀ ਗੱਲ ਆ, ਵੈਸੇ ਪੁੱਛਣਾ ਚਾਹੀਦਾ ਨਹੀਂ ਪਰ ਪੁੱਛਣਾ ਪੈਂਦਾ, ਕੋਈ ਕੁੜੀਆਂ ਤਾਂ ਨਹੀਂ ਚੁੱਕ ਕੇ ਲਗਾ ਇੱਥੇ ਦੀਆਂ? ਨਹੀਂ। ਅੱਛਾ ਇੱਥੇ ਨਹੀਂ ਕਿਸੇ ਕੁੜੀ ਨੂੰ, ਕੋਈ ਕੁੜੀ ਨਹੀਂ ਚੁੱਕੀ, ਇਹ ਨਹੀਂ ਇੱਜ਼ਤ ਨੇ। ਉਹ ਤਾਂ ਰਾਜ ਕਾਕਾ ਇਹੋ ਜਿਹਾ ਦਾ ਹੋਵੇ ਨਾ ਮੁਸਲਮਾਨਾਂ ਦਾ, ਜਿਹੜਾ ਇੱਥੇ ਕੋਈ ਹਰਕਤ ਕਰਦੇ ਨੇ ਜਦ ਨੂੰ ਇਹ ਹੁਕਮ ਸੀ ਐਡਾ ਐਡਾ ਅਦਲ ਦਾ ਖੜਾ ਸਾ, ਬਹੁਤ ਇਨਸਾਫੀ ਬੰਦਾ ਸੀ ਉਹ। ਹਾਂ ਕੋਈ ਅੰਤ ਨਹੀਂ ਸੀ, ਹੁਣ ਤਾਂ ਲੋਕ ਰਹਿ ਕਰਦੇ ਵੋਟਾਂ ਦੀ ਖਾਤਰ ਕਦੀ। ਉਹ ਜੇ ਮੇਰੀ ਲਾਈਫ ਨੂੰ ਕਿਸੇ ਨੇ ਇੱਥੇ ਮਖੌਲ ਕਰ ਦਿੱਤਾ ਨਾ ਤਾਂ ਕੋਈ ਕੁਹਾੜੀ ਨੇ ਦੇਖ ਲਿਆ ਕਰਦਾ, ਉਹ ਬਖਸ਼ਦਾ ਨਹੀਂ, ਕੋਈ ਸਡੌਲਿਆਂ ਨੂੰ ਜੰਮਿਆ ਨਹੀਂ ਸੀ। ਤੁਸੀਂ ਉਹਦੀਆਂ ਪੰਚਾਇਤਾਂ ਵੇਖੀਆਂ? ਹਾਂ ਜੀ ਬਹੁਤ। ਸੁਣਾਓ ਗੱਲ ਕੋਈ ਬਹੁਤ। ਇੱਥੇ ਇੱਕ ਵਾਰੀ ਕੀ ਹੋਇਆ, ਸਾਡੇ ਬੰਦੇ ਜਿਹੜੇ ਸੀਗੇ ਐਸ ਸੀ, ਉਹਨਾਂ ਦੇ ਬਾਹਰੋਂ ਰੰਬੇ ਬੰਦ ਕਰਤੇ ਵੀ ਤੁਸੀਂ ਕਾਲੀ ਖੋਟਣ ਜਾਣਾ ਸਾਡੇ ਖੇਤਾਂ 'ਚ, ਇਹ ਰਾਜਪੂਤਾਂ ਨੇ। ਹਾਂਜੀ। ਅੱਛਾ ਮੁਸਲਮਾਨਾਂ ਨੇ? ਹਾਂ ਮੁਸਲਮਾਨਾਂ। ਜਦ ਕੀ ਕਹੇ ਤਾਂ ਸਾਡੇ ਬਜ਼ੁਰਗ ਫਿਰ ਕੀ ਕਰਨ ਕਿੱਥੇ ਜਾਣ, ਕਾਲ ਜੱਟਾਂ ਦੇ ਖੇਤਾਂ 'ਚ ਸੈਣੀਆਂ ਦੇ ਇਹਨਾਂ ਦੇ ਮੁਸਲਮਾਨ ਦੇ ਮੁਸਲਮਾਨ ਸੀ ਉਦੋਂ, ਕਿਉਂਕਿ ਸਾਡੀ ਤਾਂ ਜ਼ਮੀਨ ਹੈ ਹੀ ਨਹੀਂ ਜੀ। ਇਹ ਫਿਰ ਜ਼ਾਇਦਾਰ ਕੋ ਜਾ ਕਰਕੇ ਵੀ ਵੀ ਗੱਲ ਇਹ ਆ ਸ਼ੇਰ ਮੁਹੰਮਦ ਕੋ ਵੀ ਸਾਨੂੰ ਮੈਨੂੰ ਟੈਕਸ ਲਾ ਤਾ ਵੀ ਤੁਸੀਂ ਨੁਕਸਾਨ ਕਰਦੇ ਆ। ਉਹ ਕਹਿੰਦਾ ਨੁਕਸਾਨ ਤਾਂ ਤੁਹਾਨੂੰ ਨਹੀਂ ਸਕਦਾ, ਨੁਕਸਾਨ ਨਾ ਕਰੋ ਵੀ ਮੇਰੀ 100 ਕਿਲਾ ਜ਼ਮੀਨ ਆ, ਤੁਸੀਂ ਇਹਨਾਂ ਦੇ ਕਿਸੇ ਦੇ ਨਾ ਜਾਓ ਮੇਰੇ ਖੇਤਾਂ 'ਚ ਖੋਤੋਗਾ। ਨਹੀਂ ਆ ਉਹ ਐਡਾ ਅਲੱਦਾ ਪੱਕਾ ਕਮਾਲ ਆ ਵੀ ਮੇਰੇ ਖੇਤਾਂ ਵਿੱਚ ਨੁਕਸਾਨ ਨਹੀਂ ਕਰਨਾ, ਉਹਦੇ ਬਾਗ ਬਹੁਤ ਸੀ ਸੰਗਤ ਅੰਬਾਂ ਦੇ, ਨੁਕਸਾਨ ਨਹੀਂ ਕਰਨਾ ਜੀ ਜੀ, ਜਾਓ ਉੱਥੇ ਮੇਰੇ ਖੇਤਾਂ ਕੋਲ। ਜਿਹੜੇ ਇੱਕ ਦਿਨ ਹੋਇਆ, ਲੋੜ ਤਾਂ ਹਰ ਬੰਦੇ ਨੂੰ ਸਾਡੀ ਆ, ਬਿਲਕੁਲ ਲੋੜ ਹੈ ਨਾ, ਹੈ ਬਿਲਕੁਲ, ਤਾਂ ਬਾਲਿਕੇ ਦੀ ਵੀ ਬਾਲਿਕੇ ਦੀ ਜ਼ਿਆਦਾ ਲੋੜ ਹੈ, ਜ਼ਿਆਦਾ ਲੋੜ ਹੈ, ਕਿਉਂਕਿ ਉਹ ਇਹਨਾਂ ਦੀ ਇੱਦਾਂ ਲੋੜ ਆ ਵੀ ਉਹ ਜਿਹੜਾ ਉਹ ਕੰਮ ਕਰਦੇ ਉਹ ਅਸੀਂ ਕਰ ਨਹੀਂ ਸਕਦੇ, ਠੀਕ ਹੈ ਠੀਕ, ਕਿਉਂਕਿ ਬਾਥਰੂਮ ਦਾ ਲੈਟ ਲਗਾ ਹੈ ਨਹੀਂ ਸੀਗਾ ਜੀ, ਲੋਕ ਜਿਹੜੇ ਛਤਰ ਸੇ ਜਿਹਨਾਂ ਦੇ ਵਿੱਚ ਘਰਾਂ 'ਚ ਜਿਹੜੀਆਂ ਜਨਾਨੀਆਂ ਨਹੀਂ ਜਾਂਦੀ ਸੀ, ਉਹਨੇ ਇੱਕ ਓਟੇ ਬਣਾਏ ਸੀ ਛੋਟੇ ਛੋਟੇ, ਉਹਦੇ ਵਿੱਚ ਇੱਟਾਂ ਰੱਖੀਆਂ ਹੁੰਦੀਆਂ ਸੀ, ਉੱਥੇ ਆਪਣਾ ਬਾਹਰ ਜਲਦਾ ਇਹ ਚੱਕਦੇ ਤਾਂ ਠੀਕ ਹੈ ਬਾਲ ਨਿਕਲੇ ਉਹਦਾ ਕੇਸ ਸੀ। ਤਾਂ ਉਹ ਫਿਰ ਜਿਹੜੇ ਇੰਨੀ ਅਦਰ ਇੰਨਾ ਸੀਗਾ ਉਹ ਛੱਡਦਾ ਨਹੀਂ ਸੀ ਕਿਸੇ ਨੂੰ ਵੀ ਜ਼ਿਆਦਾ ਜੀ, ਇੰਨਾ ਵਧੀਆ ਬੰਦਾ, ਕਮਾਲ ਦੀ ਗੱਲ ਹੈ। ਮੈਂ ਕਿਹਾ ਜਗਾਨੀਆ ਨਾ ਇੰਨਾ ਉਹ ਪਿੱਛਾ ਕਰਦਾ, ਫਿਰ ਕੀ ਜਿਹੜੇ ਹੁਕਮ ਦਿੱਤਾ ਫਿਰ ਕਰੀ ਹੈ ਨਾ, ਇਕੱਲੇ ਇਕੱਲੇ ਜਿੰਨੀਆਂ ਤਾਂ ਲੋੜ ਹੁੰਦੀ ਆ ਵੀ ਸਾਡੇ ਘਰਾਂ 'ਚ ਆਉਣੇ ਸ਼ੁਰੂ ਹੋ ਗਏ, ਉਹ ਜਾਗ ਤੋਂ ਸਾਰੇ ਸ਼ੋਖ ਰਹੇ ਆ, ਉਹ ਸਾਰਾ ਬੇਬੂ ਹਟਿਆ ਜਦੋਂ ਉਹ ਨਾਮ ਦਾ ਉਹ ਸਾਰਾ ਘਰਾਂ ਨੇ, ਤੁਸੀਂ ਆਓ ਸਾਡੇ ਖੇਤਾਂ 'ਚ, ਲੋੜ ਜੂ ਕਦੇ ਲੋੜ ਤਾਂ ਹੈ ਵਾਕਿਆ। ਫਿਰ ਉਹ ਕੰਮ ਚੱਲ ਗਿਆ, ਚੱਲ ਗਿਆ। ਤੁਸੀਂ ਫਿਰ ਕਿੰਨੇ ਕੁ ਦਿਨਾਂ ਬਾਅਦ ਮੰਨੇ? ਐਵੇਂ ਦਿਹਾੜੀ ਲੰਘੇ, ਉਹਨੇ ਦਿਹਾੜੀ ਨਾਲ ਕੱਟੀ ਜਿੰਮੀਦਾਰ ਗੁੱਡਲ ਫਾਂਟਲ ਅਸੀਂ ਜਾਂਦੇ ਸੀ, ਉਦੋਂ ਤਾਂ ਅਸੀਂ ਪੈਸੇ ਪੁੱਛ ਨਹੀਂ ਸੀ ਉਹਦੇ ਹੁੰਦੇ, ਮੈਂ ਤੇਰਾ ਗੁੱਡਣਾ ਇਹਦੇ ਚੱਲ ਜਾਣਾ ਗੁੱਡਣ, ਰੋਟੀ ਖਾ ਲਈ ਪਾਲੂ ਵਾਲਾ ਲੰਬੜਦਾਰ ਵੀ ਹੋਣੇ ਆ ਪਿੰਡ 'ਚ? ਆਹ ਲੰਬੜਦਾਰ ਸੀਗੇ, ਕੋਈ ਨਾਂ ਦੱਸ ਦਿਓ ਉਹਨਾਂ ਦਾ। ਨਾਂ ਇੱਕ ਤਾਂ ਸਾਡੇ ਆਏ ਵਿੱਚ ਇੱਕ ਨਹਿਰੂ ਸੀਗਾ ਲੰਬੜਦਾਰ, ਇੱਕ ਸੰਤਾ ਸੋ ਹੈ, ਇਹਦੇ ਪਾਕਿਸਤਾਨ ਬਣਨ ਤੋਂ ਬਾਅਦ ਦੀਆਂ ਗੱਲਾਂ। ਆਹੋ ਮੈਂ ਖਾਸ ਕਰਕੇ ਨਾਂ ਨਹੀਂ ਜਾਣਦਾ, ਉਹ ਪਹਿਲਾਂ ਦਾ ਨਹੀਂ ਨਾਂ ਜਾਣਦੇ। ਹਾਂ ਮੈਂ ਉਹ ਨਹੀਂ ਜਾਣਦਾ ਨਾ। ਅਤੇ ਰਾਜਪੂਤ ਆਫਿਸ 'ਚ ਲੜ ਵੀ ਪੈਂਦੇ ਸੀਗੇ? ਬਹੁਤ ਬਜੇ ਲੜਾਈਆਂ ਹੁੰਦੀਆਂ ਹੀ ਆ, ਪਰ ਜਦੋਂ ਲੜਾਈ ਹੁੰਦੀ ਸੀ ਨਾ ਇਹਦਾ ਜ਼ਿਆਦਾ ਸਾ ਇਨਸਾਫੀ ਤੌਰ ਸਾ, ਇਹ ਤਾਂ ਲੋਕ ਡਰਦੇ ਬਹੁਤ ਸੀ ਕਿ ਉਹ ਮਦਦ ਤਾਂ ਨਹੀਂ ਸੀ ਕੀਤੀ ਕਰਦਾ। ਮੈਂ ਤਾਂ ਉਸ ਤੋਂ ਲੜਦਾ ਜੇ ਮੇਰਾ ਕਸੂਰ ਹੈ ਨਾ
ਮੈਨੂੰ ਬੰਨ ਕੇ ਛਡਾਉਣ ਵਾਲਾ ਹੈ ਨਹੀਂ, ਉਹਨੂੰ ਅਲਾਹ ਸੀ ਸ਼ੇਰ ਨਹੀਂ ਸਜ਼ਾ ਕਰ ਸਕਦਾ। ਅੱਛਾ, ਜਿੱਦਾਂ ਤੁਸੀਂ ਆਹ ਗੱਲ ਸੁਣਾਈ ਆ ਤੁਹਾਡਾ ਬਾਈਕਆਊਟ ਕੀਤਾ ਸੀ, ਕੋਈ ਇੱਦਾਂ ਦੀ ਹੋਰ ਗੱਲ ਸੁਣਾ ਉਹਦੀ ਪੰਚਾਇਤ ਦੀ ਉਹਦੀ। ਹਾਂ ਹਾਂ, ਕਦੇ ਬੰਦਾ ਬੰਨਿਆ ਵੀ ਸੀ ਉਹਨੇ ਕੋਈ ਚੋਰ ਚਾਰ ਕਦੀ? ਹਾਂਜੀ, ਸੁਣਾਓ ਗੱਲ। ਬੰਦੇ ਬੰਨਣ ਦਾ ਇੱਥੇ ਇੱਕ ਵਾਰੀ ਨਾ ਸਾਡੇ ਬੰਦੇ ਨੇ ਫਿੱਟ ਲਿਆ ਦੂਆ, ਉਦੋਂ ਜਿਹੜੇ ਖੱਤਰੀ ਮਹਾਜਨ ਸੀ ਬਾਹਰ ਨਹੀਂ ਸੀ ਜਾਂਦੇ ਜੀ, ਬਾਲਣ ਸਟਾ ਲਿਆ ਜੀ। ਅੱਜ ਤੱਕ ਬੈਂਕ ਆ ਸਾਡੇ ਇੱਥੇ ਵੇਚਣੀ ਸਾਰੀ ਬੈਗ, ਮਾੜਾ ਜਿਹਾ ਸਹਿੰਦਾ ਸੀ, ਨਾਲੇ ਬਣਾਈ ਕਰਦਾ ਕੱਪੜੇ ਦੀ, ਅਤੇ ਨਾਲੇ ਉਹ ਬਾਲਣ ਵੇਚ ਲੈਣਾ। ਕਿਸੇ ਮੁਸਲਮਾਨ ਨੇ ਉੱਥੋਂ ਤਰੀ ਚੱਕ ਲਈ ਤੜਕੇ ਨੂੰ, ਵਧੀ ਉਹ ਲਿਆ ਫੜ, ਜਾਣ ਦਾ ਉਹ ਬੰਦਾ ਤਕੜਾ ਸੀ, ਸਾਡਾ ਬੰਦਾ ਤਕੜਾ ਸੀ, ਜਾਣ ਦਾ ਫੜ ਲਿਆ, ਰੋਲਾ ਪਿਆ, ਤਾਂ ਨਾੜੀ ਗਾਹਾਂ ਚਲ ਗਏ, ਘਰ ਛੱਡਣ ਚਲਾ ਗਿਆ। ਚਲੋ ਜਿਹੜੇ ਸੱਬੇ ਨੂੰ ਉੱਥੇ ਜਾ ਕੇ ਉਹਨੂੰ ਰਿਪੋਰਟ ਕਰਤੇ ਵੀ ਮੇਰਾ ਰਾਤੀ ਫਲਾਨੀ ਆਦਮੀ ਨੇ ਬੰਨ ਚੱਕਿਆ, ਸਬੂਤ ਹੋ ਗਿਆ ਉਹਨੂੰ ਵੀ ਚੱਕਿਆ ਚੱਕਿਆ ਬੰਨ ਕਿਸੇ ਕੋਲੋਂ, ਅਗਾਹੀ ਲਈ ਸੀ, ਮੈਨੂੰ ਯਾਦ ਨਹੀਂ ਬੰਦੇ ਨੇ ਗਾਹੀ ਵੀ ਬਈ ਜੇ ਚੱਕੀ ਆ ਜ਼ਰੂਰ ਇਹਦਾ ਇੱਥੋਂ। ਉੱਥੇ ਵੀ ਜਿਹੜੇ ਗਏ ਤਾਂ ਉੱਥੇ ਜਿਹੜੇ ਗਏ ਨਾ ਤਾਂ ਉਹ ਕਹਿੰਦਾ ਜੈਲਦਾਰ ਬਈ ਤੁਸੀਂ ਬੰਦ ਚੱਕਿਆ, ਕਹਿੰਦਾ ਜੀ ਮੈਂ ਨਹੀਂ ਚੱਕਿਆ, ਮੈਨੂੰ ਰਾਜ ਘੇਰ ਕੇ ਉੱਦਾਂ ਇਹਨੂੰ ਮਾਰਿਆ ਕੁੱਟਿਆ, ਇਹਨੂੰ ਮਾਰਿਆ ਕੁੱਟਿਆ। ਹੁਣ ਇੱਕ ਜਿਹੜੇ ਬੈਕ ਸਾਈਡ ਬੰਦੇ ਸੀ ਉਹ ਕਹਿੰਦੇ ਇਹਨਾਂ ਨੂੰ ਅਸੀਂ ਦੱਸਣਾ ਦੱਸਣਾ ਐਸੀਆਂ ਨੂੰ ਦੱਸਣਾ, ਜਦ ਇੰਨੀ ਗੱਲ ਕਹੀ ਸਾਡੀ ਬਰਾਈ ਦੇ ਬੰਦੇ ਬਹੁਤ ਸੀ ਉੱਥੇ। ਅੱਛਾ, ਉਹਨੂੰ ਫਿਰ ਇੱਦਾਂ ਚਾਦਰਾਂ ਲਾਉਂਦੇ ਸੀ ਸਾਰਿਆਂ ਨੇ ਨਾ ਲਗੋਟੇ ਕਸ ਲਏ, ਕਹਿੰਦਾ ਜੈਲਦਾਰ ਜੀ ਠਹਿਰ ਜਾ ਪਹਿਲਾਂ, ਇੱਕ ਦੋ ਬੰਦੇ ਮੇਲ ਲਾ ਸਕਦੇ, ਕਿਹੜਾ ਬਦਮਾਸ਼ ਆ। ਅੱਛਾ, ਉਹ ਵਿਰਸੀ ਵਿਰਸੀ ਉਹ ਮੋਹਰੀ ਉਹ ਪਹਿਲਾਂ ਮੋਹਰੀ ਹਕਮ ਜਲੇ ਗਿਆ ਨਾ, ਤਾਂ ਉਹ ਕਹਿੰਦਾ ਵੀ ਜੈਲਦਾਰ ਸਾਹਿਬ ਪਹਿਲਾਂ ਠਹਿਰ ਜਾਓ, ਪਹਿਲਾਂ ਦੇਖਣਾ ਬਾਅਦ ਫੈਸਲਾ ਹੋਊਗਾ। ਉਹ ਜਿਹੜੇ ਕਥਾਰ ਜੀ ਕਥਾਰ ਸਾਡੇ ਬੰਦੇ ਖੜ੍ਹੇ ਹੋਏ, ਉਹ ਕਹਿੰਦਾ ਹੋਵੇਗਾ, ਕਹਿੰਦਾ ਦੇਖੋ ਤੁਸੀਂ ਦੇਖ ਕੇ ਆਉਣਾ ਸਰ, ਇੱਥੇ ਕੀ ਕਹੀ ਇਹ ਗੱਲ, ਇਹ ਐਸੀ ਕਰਕੇ ਕਹੀ ਆ, ਚਮਾਰ ਕਰਕੇ ਕਹੀ ਆ, ਹੈ ਇਹ ਤੁਸੀਂ ਚਮਾਰ ਕਰਕੇ ਗੱਲ ਹੋਵੋਗਾ। ਲੜੋ ਕੌਣ ਲੜੇ, ਕਿਹੜਾ ਲੜੇ, ਬਹਿ ਜਾ ਪਿੰਡ ਫਿਰ ਪੰਜੇ ਮੰਜੇ 'ਚ ਨਹੀਂ ਬੈਠਣਾ ਦਿੱਤਾ, ਤੁਹਾਨੂੰ ਸਜਾ ਹੀ ਪੰਜੇ ਬੈਠੋ, ਤੁਸੀਂ ਕਹਿੰਦਾ ਭਾਜੀ ਪੰਜੇ 'ਚ ਬੈਠੋ, ਸਾਨੂੰ ਇੱਦਾਂ ਦਾ ਪੱਕਾ ਬੰਦਾ। ਅਤੇ ਲੋਕਾਂ ਨੇ ਤਾਂ ਉਹਨਾਂ ਤਾਂ ਬੁਰੀ ਮਨਾਉਣੀ ਸੀ, ਜ਼ਿਆਦਾ ਨੇ ਸਾਡਾ ਪੱਕ ਨਹੀਂ ਕੀਤਾ, ਪੱਕ ਨਹੀਂ ਸੀ ਕਰਦਾ। ਅੱਛਾ ਅੱਛਾ, ਹਾਂ ਪੱਕ ਨਹੀਂ। ਅਤੇ ਕੀ ਹੋਇਆ, ਇੱਕ ਸਾਡੇ ਪਿੰਡ ਚੋਰੀ ਹੋ ਗਈ ਜੀ, ਮੇਲੇ ਮੁੰਡ ਬਦਮਾਸ਼ ਨੇ। ਅੱਛਾ, 10 ਮਹੀਨੇ ਮੁੰਡ ਹੋ ਗਈ ਚੋਰੀ, ਹੋ ਗਈ ਕਿਹਦੇ ਘਰ ਹੋਈ? ਉਹ ਹੋਈ ਖੁਸ਼ੀਆ ਖੁਸ਼ੀਆ ਉਹਨਾਂ ਦੇ ਕਰੀ ਹੋਈ ਸੀ, ਰਾਜਪੂਤ ਦੇ ਨਹੀਂ ਸਾਡੀ ਬਰਾਦਰੀ। ਅੱਛਾ, ਕੀ ਘਰਦੇ ਨੇ, ਇੱਕ ਘਰ ਦੇ ਵਿੱਚ ਅੱਗੇ ਦੋ ਦੋ ਤਿੰਨ ਤਿੰਨ ਘਰ ਰਹਿੰਦੇ ਸੀ, ਹਾਂਜੀ ਹਾਂਜੀ ਭਰਾ, ਹਾਂਜੀ ਹਾਂਜੀ, ਥਾਂ ਬਹੁਤ ਘੱਟ ਹੁੰਦੇ ਸੀ, ਉਹਦੇ ਘਰ ਵਿੱਚ 3-4 ਘਰ ਸੀਗੇ, ਉਹ ਵਿੱਚ ਇੱਕ ਸਾਦਾ ਜਿਹਾ ਬੰਦਾ ਸੀ ਉਹਨਾਂ ਦੇ, ਤਾਂ ਕੋਈ ਮੇਲੇ ਦਾ ਘਰ ਸੀ, ਉਹਦੀਆਂ ਬਸ ਚਾਂਦੀ ਗਈਆਂ ਹੋ ਗਏ, ਕਿਲੋ ਖੰਡ ਹੋ ਗਈ ਜਾਂਦੀ, ਅੱਗੇ ਚਾਂਦੀ ਸਸਤੀ ਸੀ ਬਹੁਤ ਜੀ, ਉਹ ਕੱਢ ਲਈਆਂ। ਚਲੋ ਅਜੇ ਕੱਢ ਲਈਆਂ ਤਾਂ ਉੱਥੇ ਠੀਕ ਹੀ ਹੋਣਾ ਸਾ, ਉੱਥੇ ਇਕੱਠ ਹੋ ਗਿਆ, ਨਾ ਦਰਖਾਸਤ ਦੇ ਦਿੱਤੀ, ਉਹਦੀ ਦਰਖਾਸਤ ਦੇ ਦਿੱਤੀ ਸ਼ਹਿਰ ਵੀ ਸਾਡੀਆਂ ਟੁੱਬਾਂ ਚੋਰੀ ਹੋ ਗਈਆਂ, ਅਤੇ ਮੇਲੇ ਵੀ ਖਿੱਚਿਆ ਸਾਡੇ ਕੋਲ ਆਏ, ਦਰਖਾਸਤ ਦੇ ਸਾਡੀ ਚੋਰੀ ਹੋ ਗਈ ਜੀ, ਉਹ ਪੁਲਿਸ ਆ ਗਈ ਉੱਥੇ, ਪੁਲਿਸ ਆਉਂਦੀ ਉਹਦੇ ਘਰੇ ਸੀ, ਪੁਲਿਸ ਉੱਦਾਂ ਤੁਰ ਕੇ ਸਿੱਧੀ ਪਿੰਡ 'ਚ ਨਹੀਂ ਸੀ ਲੰਘਦੀ ਜੀ, ਉਹ ਪੁਲਿਸ ਨੇ ਪਹਿਲਾਂ ਉਹਨੂੰ ਕਹਿਣਾ ਜੀ ਅਸੀਂ ਤੁਹਾਡੇ ਮਿਲਣੇ ਆਏ ਹਾਂ, ਸਾਨੂੰ ਸੱਦਾ ਆਇਆ ਅਸੀਂ ਤੁਹਾਡੇ ਜੈਲਦਾਰ ਦੇ ਕੋਲ, ਉਹ ਇੱਦਾਂ ਵੀ ਐਂ ਜੀ ਪੁਲਿਸ ਐਂ ਲੰਘ ਜਾ ਵੀ ਇੱਦਾਂ ਨਹੀਂ ਸੀ, ਇੱਦਾਂ ਨਹੀਂ ਸੀ ਲੰਘਣ ਦਿੰਦੇ, ਕਰੂਲ ਸੀ ਹੁੰਦਾ, ਇੱਦਾਂ ਨਹੀਂ ਸੀ ਲੰਘਦੇ, ਉਹ ਜਿਹੜੇ ਰਾਤ ਨੂੰ ਸਟਾਪ ਇੱਕ ਹੁੰਦਾ ਸਾ ਰਾਤ ਨੂੰ ਫਿਰਦਾ, ਉਹ ਵੀ ਲੰਘਣ ਦੇ ਅੱਦੇ ਸੀ ਜੀ, ਉਹ ਫਿਰ ਜਿਹੜੀ ਪੁਲਿਸ ਆਈ ਤਾਂ ਮੇਲੇ ਨੂੰ ਪੁੱਛਿਆ, ਨਾ ਮੇਰੇ ਸਾਰੇ ਬਦਮਾਸ਼ ਸਦ ਲਏ ਇੱਥੇ ਜਿੰਨੇ ਸੀਗੇ 10 ਨੰਬਰ ਜੇ,
ਸਦਲ ਉਹ ਮੇਲੇ ਨੂੰ ਕਹਿ ਲੈ ਮੇਲਿਆ ਦੇ ਇੱਦਾਂ ਜਿਹੜਾ ਸਾਡਾ ਵੀ ਝੂਹਾ ਖੋੜੋ ਆਪਾਂ ਵੀ ਖੜੋ ਤੂੰ ਦਹ ਦੇ ਚੋਰੀ ਤੇਰੇ ਸੱਚੇ ਇਹ ਤਾਏ ਚਾਚੇ ਵੀ ਹੁਣ ਤੇਤੇ ਬਿਨਾਂ ਕਰੂਗਾ ਕੌਣ ਇਹ ਚੋਰੀ ਤੂੰ ਕੀਤੀ ਆ ਤੂੰ ਦਸ ਨੰਬਰ ਤੂੰ ਦੱਸ ਦੇ ਤੂੰ ਦਸ ਨੰਬਰ ਆ ਬੰਦਾ ਸਾਡੇ ਨਾਲ ਦਾ ਨਹੀਂ ਤੂੰ ਇਕੱਲਾ ਖਾਣਾ ਚਾਹੁੰਦਾ ਤੂੰ ਸਾਨੂੰ ਵੱਢ ਕੇ ਦੇਣਾ ਨਹੀਂ ਜਾਣਾ ਹੁਣ ਦੱਸ ਕਹਿੰਦਾ ਉਹ ਸਾਰੇ ਕਹਿਣ ਲੱਗੇ ਉਹਨੂੰ ਸਾਡੇ ਦਾ ਉਹਨੂੰ ਵੀ ਜੀ ਇਹਦਾ ਚੱਲ ਬਹੁਤ ਚਾਚੇ ਤਾਏ ਦੇ ਲੱਗਦੇ ਆ ਅਸੀਂ ਆ ਐਡੀ ਦਿਓ ਇਹਦੇ ਵਿੱਚ ਕਹਿੰਦਾ ਚੋਰੀ ਇਹਦੇ ਮੇਰੇ ਮੇਲਾ ਕਿਹਾ ਪੈਚ ਦਾ ਮੈਂ ਨਹੀਂ ਮੈਂ ਘਰ ਲੁੱਟਣਾ ਮੇਰੇ ਕੋਲ ਚਾਚੇ ਲੱਗਦੇ ਉਹ ਮੰਨਿਆ ਨਹੀਂ ਜਾਣੀ ਉੱਥੇ ਉਹ ਕਹਿੰਦਾ ਵੀ ਸਲਾਹ ਕਰ ਲਓ ਸਾਡੇ ਦਰ ਕਹਿੰਦਾ ਆਪਣੀ ਜਾ ਕੇ ਪੜੇ ਕੋਈ ਜਾ ਕੇ ਸਲਾਹ ਕਰ ਲਓ ਦੱਸ ਦੇ ਜੇ ਬੰਦਾ ਹੈਗਾ ਉਹ ਜਿਹੜਾ ਬੰਦਾ ਸਾ ਨਾ ਸਾਦਾ ਸਾਦਾ ਬੋਲਦਾ ਜਿਹੜਾ ਦਿਮਾਗ ਦਾ ਹਲਕਾ ਸਾ ਬੰਦਾ ਸੀਗਾ ਉਹਨਾਂ ਦਾ ਜਿਹਨੇ ਚੋਰੀ ਕੀਤੀ ਹਾਂਜੀ ਉਹ ਫਿਰ ਉਹ ਕਹਿੰਦੇ ਨੇ ਜੈ ਦਾਦਾ ਨੂੰ ਜੈ ਲਾਲ ਨੇ ਕਿਹਾ ਉਹ ਸਾਨੂੰ ਕਹਿੰਦਾ ਯਾਰ ਇਹਦੇ ਘਰ ਦਾ ਵੀ ਬੰਦਾ ਕੋਈ ਦੱਸੋ ਵੀ ਸ਼ਾਇਦ ਕੋਈ ਉੱਦਾਂ ਦਾ ਹੋਵੇ ਕੋਈ ਫਿਰਕਾ ਪਰਾਸੀ ਬੰਦਾ ਉਹ ਹੈਗਾ ਸਥਾਨ ਇਹਨਾਂ 'ਚ ਕਹਿੰਦੇ ਜੀ ਨਹੀਂ ਤਾਂ ਬੰਦੇ ਬਹੁਤ ਸਾਊਗਾ ਅਖੇ ਅਖੇ ਆਹ ਹੈ ਕਿ ਛਡਾਇਆ ਹੈ ਕਹਿੰਦਾ ਛੜਾ ਨਹੀਂ ਚੋਰੀ ਕਰ ਸਕਦਾ ਉਹਨੇ ਕਿਹਾ ਉਹ ਸਾਨੂੰ ਵੀ ਛੜੇ ਵੀ ਚੋਰੀ ਕਰ ਸਕਦੇ ਨਹੀਂ ਬਹੁਤ ਵਧੀਆ ਗੱਲ ਕੀਤੀ ਹਾਂ ਵੀ ਛੜੇ ਵੀ ਚੋਰੀ ਕਰ ਸਕਦੇ ਜਦ ਇਹ ਗੱਲ ਹੋਈ ਤਾਂ ਉਹ ਉਹਨੂੰ ਲੈ ਗਿਆ ਅਠਾਲ ਕੇ ਮੇਲਾ ਕਹਿੰਦਾ ਉਹ ਗੱਸ ਉਹਦੇ ਨਾਂ ਸੀਗਾ ਦੇਖ ਤੂੰ ਚਲੋ ਨਾਂ ਭੁੱਲ ਗਿਆ ਤੰਨਾ ਤੰਨਾ ਤੰਨਿਆ ਵੀ ਮਿੰਟ ਦੀ ਗੱਲ ਆ ਸਾਰਾ ਤੇਰਾ ਨਾਂ ਵਿੱਚ ਆ ਗਿਆ ਚੋਰੀ ਤੇਰੇ ਕੋਲ ਆ ਦੱਸ ਦੇ ਹੋਰ ਤਾਂ ਸਾਰਾ ਨਾਂ ਛਡਾ ਸਕਦਾ ਤੈਨੂੰ ਜੇ ਤੂੰ ਕੱਢੀਆਂ ਤਾਂ ਦੱਸ ਦੇ ਆਹੋ ਮੈਂ ਤਾਂ ਕਹਿੰਦਾ ਕੱਢ ਹੋ ਗਈ ਮੈਂ ਉੱਥੇ ਕੋਪਚ ਰੱਖਣੀ ਹੋ ਗਈ ਜਦੋਂ ਦੱਬਦਾ ਜਗ੍ਹਾ ਇੱਦਾਂ ਨਿਮੋਸ਼ੀ ਖਾ ਗਿਆ ਨਾ ਜ਼ਿਆਦਾ ਕਹਿੰਦਾ ਗੱਲ ਸੁਣ ਉੱਠਾ ਦਰ ਕਹਿੰਦਾ ਜ਼ਿਆਦਾ ਵੀ ਇਹ ਕੰਮ ਨਹੀਂ ਕਰਨਾ ਤੂੰ ਵਿੱਚੋਂ ਬੰਦੇ ਨੂੰ ਹੋਈ ਜਾਂਦਾ ਹੈਂ ਆਹ ਕੀਤਾ ਤੁਸੀਂ ਕਹਿੰਦਾ ਜੀ ਬੰਦਾ ਨਹੀਂ ਇੱਦਾਂ ਦਾ ਸ਼ਾਦਾ ਬੰਦਾ ਜੀ ਇਹਦਾ ਤਾਂ ਐਵੇਂ ਮੇਲਾ ਨਾ ਮੇਲਿਆ ਅੜ ਜਾ ਇਹ ਬਾਬੂ ਬਾਬੂ ਸਾਹਿਬ ਬਾਬੂ ਤੋਂ ਨਾ ਇਹ ਕੰਮ ਕਰ ਸਕਦਾ ਸ਼ਾਦਾ ਮੈਂ ਕੀ ਕਰਨੇ ਮੈਂ ਜਦ ਜਦ ਨਿਕਲੇ ਉਹ ਕੋਲ ਚਲੇ ਗਿਆ ਨਾਲ ਮੇਲਾ ਲੈ ਕੇ ਦਾਦਾ ਸੀ ਮੇਰੇ ਹਾਲ ਹੋ ਗਿਆ ਤੂੰ ਮੈਂ ਕਹਿੰਦਾ ਉਹ ਕਹਿੰਦਾ ਸਰਦਾਰ ਨੂੰ ਕਹਿੰਦਾ ਸ਼ਾਹ ਤੂੰ ਸਰਦਾਰ ਗੱਬ ਮਹਾਰਾਜ ਗਲਤ ਕੀਤਾ ਹੈ ਉਹਨੂੰ ਗੁੱਸਾ ਆ ਗਿਆ ਉਹ 3 ਮਹੀਨੇ ਦੀ ਸਜ਼ਾ ਰੱਖ ਦਿੱਤੀ ਉੱਥੇ ਉਹ ਨਾ 3 ਮਹੀਨੇ ਉਹਦੀ ਲਿਖੀ ਉਹ ਗੌਰਮੈਂਟ ਠਾ ਨਹੀਂ ਸਕਦੀ ਉਹਨੂੰ ਇਲਾਜ 6 ਮਹੀਨੇ ਦਾ ਸਜ਼ਾ ਜਿਹੜਾ ਕਸੂਰ ਬਣਦਾ ਬੰਦਾ ਨਾ ਉਹ ਗੌਰਮੈਂਟ ਜੇ ਉਹ ਲਾ ਰਹੇ ਸਜ਼ਾ 6 ਮਹੀਨੇ ਤੱਕ ਵੱਧ ਨੇ ਜੀ 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 ਵੱਧ ਫਿਰ ਗਾਹਾਂ ਲੱਗੇ ਜਾ ਹਾਂਜੀ ਹਾਂਜੀ ਫਿਰ ਉਹ ਫੜ ਲਿਆ ਉਹਨੇ ਫੜ ਕੇ ਫਿਰ ਉਹਨੂੰ ਥੋੜ੍ਹਾ ਕਹਿਣਾ ਸੀਗਾ ਹੋਰ ਪਾਏ ਉੱਥੇ ਤਾਂ ਬੰਦਾ ਦੂਆ ਕਹਿ ਨਹੀਂ ਸਕਦਾ ਵੀ ਇਹਨੂੰ ਛੱਡ ਦਿਓ ਜਾਣ ਲੱਗੀ ਇਹਦੀ ਗਲਤੀ ਹੋ ਗਈ ਉਸਨੇ ਗਲਤੀ ਤਾਂ ਗਲਤੀ ਹੈ ਫਿਰ ਵਿਚਾਰੇ 3 ਮਹੀਨੇ ਛੋੜ ਲਏ ਪੀਟੇ ਉਹਦੇ ਜੇਲ ਕੰਮ ਕਰਾਉਂਦੇ ਸੀ 4 ਕਿਲੋ ਪਹਿਲਾਂ ਮੈਨੂੰ ਛੋਲੇ ਰੋਜ਼ ਮਿਲਦੇ ਸੀ ਸਾਡਾ ਚਾਚਾ ਲੱਗਦਾ ਸੀ ਵਿਹੜੇ ਸਜਾਈ ਸਾਡਾ ਗੋਤੀ ਤੁਹਾਡੀ ਗੋਤ ਕੀ ਆ ਸਾਡਾ ਗੋਤੀ ਸਰ ਬੱਧਣ 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 ਸਾਰੇ ਆ ਧਰਮੀ ਬੱਧਣੇ ਆ ਨਹੀਂ 2-3 ਹੈਗੇ ਆ ਪਾਰਟੀ ਜਿਹੜੇ ਆਹ 10 ਨੰਬਰੀਏ ਸੀ ਇਹਨਾਂ ਦੀ ਗੋਤ ਕੀ ਸੀ ਉਹ ਇਹਨਾਂ ਦਾ ਸਾ ਲੋਈ ਜਿਹੜਾ 10 ਨੰਬਰੀਏ ਸੀ ਲੋਕ ਕੁਛ ਲੋਈ ਦੋਨੇ ਲੋਈ ਹਾਂ ਦੋਨੇ 10 ਨੰਬਰੀਏ ਲੋਈ ਸੀਗੇ ਨਹੀਂ ਉਹ ਬਸ ਮਾਨਸਾ ਮੋਚੀ ਸੀਗਾ ਉਹ ਵੀ 10 ਨੰਬਰੀਆ ਸੀ ਉਹ ਵੀ ਉਹਦਾ ਕੀ ਨਾਂ ਉਹਦਾ ਨਾਂ ਖਰਾ ਤਫੈਲ ਸੀ ਮੇਰਾ ਖਿਆਲ ਅੱਛਾ ਮੈਨੂੰ ਪੱਕਾ ਚੇਤਾ ਤੇ ਮੱਖਣ ਗੜੀਆਂ ਦੀ ਲੋਈ ਆ ਆ ਅੱਛਾ ਚਲੋ ਖੈਰ ਅੱਛਾ ਠੀਕ ਹੈ ਉਹ ਸਜ਼ਾ ਹੋ ਗਈ ਉਹਨੂੰ ਕਿ ਵਿਚਾਰਾ ਛੋਲੇ ਪੀਂਦਾ ਰਿਹਾ ਇੱਕ ਮਹੀਨਾ ਉਹ ਜਦੋਂ ਮੁੜ ਕੇ ਆਇਆ ਫਿਰ ਮੁੜ ਕੇ ਆ ਤਾਂ ਕਹਿੰਦਾ ਸੋਜਿਆ ਤੂੰ ਕਹਿੰਦਾ ਤੁਸੀਂ ਮੇਰੀ ਸਜ਼ਾ ਕਰ ਦਿੱਤੀ ਕਹਿੰਦਾ ਤੂੰ ਆਪਣੇ ਆਪ ਕਰਾਈ ਆ ਤੂੰ ਟੱਬਾ ਹੀ ਕਰਦੀਆਂ ਸੀਗੀਆਂ ਤਾਂ ਉਹਦੇ ਹੁਣ ਤਾਂ ਚੋਰੀ ਕੀਤੀ ਦਿੰਦੀ ਨਹੀਂ ਨਾ ਪੁਲ
ਉਦੋਂ ਨਹੀਂ ਸੀ ਇੱਦਾਂ। ਉਹਦੀ ਉਮਰ ਕਿੰਨੀ ਸੀ ਉਦੋਂ? ਉਹਦੀ ਉਮਰ ਤਾਂ 50 ਦੇ ਉੱਤੇ ਉੱਤੇ ਹੋਣੀ। ਉਹਦੀ ਮਤਲਬ ਸਕੀਮ ਹੋਣੀ ਵਿਆਹ ਕਰਾਉਣ ਦੀ, ਵਿਆਹ ਜਾਣੇ ਦੀ ਕਿੱਦਾਂ ਸੀ? ਉਹ ਤਾਂ ਸਾਦਾ ਜਿਹਾ ਸਕੀਮ ਤਾਂ ਨਹੀਂ, ਸਾਦੇ ਵਿਆਹ ਨਹੀਂ ਕਰਾਉਂਦੇ ਉਹੀ ਗੱਲ ਸਾਦੇ। ਅੱਛਾ, ਅਤੇ ਜਾਇਦਾਦ ਦੀ ਕਿੰਨੀ ਟਾਓ ਸੀ? ਉੱਚਾ ਲੰਮਾ ਸੀਗਾ? ਹਾਂ, ਜਵਾਨ ਸੀ ਉਹ। ਜਾਇਦਾਦ ਦਾ ਤਪ ਤਾਂ ਇੰਨਾ ਸੀ ਨਾ ਜੀ ਵੀ ਜਿਸ ਉਹ ਅਹੁਦਾ ਦੇਖ ਲੱਭਦਾ ਕੋਈ ਤਾਂ ਉਹਨੂੰ ਪਹਿਲਾਂ ਬੁਲਾ ਲੈਣਾ ਜਾਇਦਾਦ ਤਾਂ ਇਨਸਾਫ ਹੀ ਅੱਤਦਾ ਤਾ ਮਿਲਣਾ ਬੰਦਿਆਂ ਨੂੰ। ਐਂ ਇੰਨੀ ਗੱਲ ਕੋਈ ਇਹ ਨਹੀਂ ਭੇਜਦਾ ਵੀ ਕਿਸੇ ਨੂੰ ਬੰਦੇ ਨੂੰ ਉਹ ਕਰਕੇ ਬੁਲਾਉਣਾ। ਬਾਬਾ ਜੀ ਖੇਤੀਬਾੜੀ ਵੀ ਕਰਦੇ ਸੀ ਰਾਜਪੂਤ ਜਾਂ ਵਿਹਲੀਆਂ ਪਈਆਂ ਸੀ? ਸਭ ਖੇਤੀਬਾੜੀ ਸਭ ਕਰਦੇ, ਯਾਨੀ ਜ਼ਮੀਨ ਪਈ ਬਹੁਤ ਸੀ, ਪਈ ਬੜਾ ਨਹੀਂ ਕਰਕੇ ਕਿਉਂਕਿ ਪਾਣੀ ਹੈ ਨਹੀਂ ਗਿਆ। ਅਤੇ ਪਾਣੀ ਵੀ ਵੈਸੇ ਵੀ ਰਾਜਪੂਤ ਹੁੱਕੇ ਹਾਕੇ ਮੰਗਾਈ ਰੱਖਦੇ? ਆਹੋ, ਇੱਦਾਂ ਸੀ ਵੀ ਲੱਕੜੀ ਨਕਲਾਂ ਨੁਕਲਾਂ ਵੀ ਕਰਵਾਉਂਦੇ ਹੋਣੇ ਆ, ਮੇਲੇ ਕਰਵਾਉਂਦੇ ਸੀ ਬਹੁਤ, ਨੱਚਣ ਵਾਲੀਆਂ ਵੀ ਆਉਂਦੀਆਂ ਹੋਣੀਆਂ, ਸਭ ਕੁਛ ਉਹ ਸਾਰਾ ਦੱਸੋ ਸਾਰਾ ਕੁਛ। ਇੱਥੇ ਜਿਹੜੇ ਨਕਲੀ ਆਉਂਦੇ ਸੀ ਨਾ, ਉਹ ਕਿੱਥੇ ਦੇ ਆਉਂਦੇ ਸੀ, ਕੌਣ ਸੀਗੇ? ਸਾਡੇ ਪਿੰਡ ਇੱਕ ਵਾਰ ਜੋਟ ਸਾਹਿਬ ਪਹਿਲੀ ਗੱਲ ਹੈ। ਕੀ ਨਾਂ ਸੀ? ਉਹਦਾ ਨਾਂ ਸੀਗਾ ਵੀਰ ਦਿਨ। ਅੱਛਾ, ਵੀਰ ਦਿਨ, ਵੀਰ ਦਿਨ ਨਕਲੀ ਆ, ਉਹ ਸਾਡੇ ਪਿੰਡ ਹੀ ਰਹਿੰਦਾ। ਇੱਕ ਵੀਰ ਦਿਨ ਵੈਸੇ ਹੈਦਰਾਬਾਦ ਦਾ ਵੀ ਸੀਗਾ, ਹੋ ਸਕਦਾ। ਅੱਛਾ, ਤਾਂ ਉਹ ਫਿਰ ਨਕਲਾਂ ਨੁਕਲਾਂ ਨਹੀਂ, ਫਿਰ ਵਿਹਲੇ ਟਾਈਮ ਰੱਖੇ, ਹਾੜ ਜੇਠ ਦੇ ਦਿਨ ਰੱਖੇ ਉਹਨੇ ਦਾਣੇ ਦੂਣੇ। ਕੱਲ੍ਹ ਦਾਣੇ ਥੋੜ੍ਹੇ ਹੁੰਦੇ ਸੀ, ਦਾਣੇ ਥੋੜ੍ਹੇ, ਚਲੋ ਬਾਜ਼ਾਰ ਵੇਚਣ ਜੋਗੇ ਨਹੀਂ ਸਕਦੇ, ਖਾਣ ਪੀਣ ਜੋਗੇ ਹੁੰਦੇ। ਇਹ ਸੀ ਜੇ ਮੇਰੇ ਕੰਮੀ ਦੇ ਦਾਣੇ ਮਿਲ ਗਏ, ਜੇ ਮੈਂ ਸਰਦਾਰ ਨੂੰ ਕਿਹਾ ਨਾ ਮੁਸਲਮਾਨ ਨੂੰ, ਸਾਡੇ ਚੌਰੀ ਦਾਣੇ ਮੁੱਕ ਗਏ, ਜਿਹਦੇ ਕੰਮ ਕਰ ਕਰਨਾ ਕਹਿੰਦਾ ਤੂੰ ਲੈ ਜਾ। ਜਿਗਰੇ ਕਹਿੰਦੇ ਵੱਡੇ ਸੀ ਉਹਨਾਂ ਦੇ? ਹਾਂ, ਇਹਨੂੰ ਮੋੜਨਾ ਨੇ, ਮੋੜਨਾ ਨੇ ਇਹ ਗੱਲ ਵਾ। ਮੇਰੀ ਜਿਹੜੀ ਦੇ ਵਿੱਚ ਤੂੰ ਗੱਡਾ ਵੀ ਸਾਡਾ ਲੈ ਜਾ, ਬਹੁਤ ਵੀ ਸਾਡੇ ਲੈ ਜਾ, ਡਾਲੀ ਡਾਲੀ ਨਹੀਂ ਵੱਢਣੀ, ਗੱਡਾ ਲੱਦ ਕੇ ਲਿਆ, ਉੱਦਾਂ ਨਹੀਂ ਜਾਣਾ ਬਈ ਮੈਂ ਉਹਦਾ ਵੀ ਮਾਰਾ ਟੱਕਾ ਦਾ, ਇੱਦਾਂ ਨਹੀਂ। ਚੋਰੀ ਤੰਬਾਕੂ ਵੀ ਵੇਚਦੇ ਸੀ? ਬਹੁਤ ਸੁੱਕਾ, ਉਸਕੇ ਸ਼ਕੀਨ ਬਹੁਤ ਸੀ, ਇਹਦਾ ਦਾਗ ਪਾਇਆ ਸੀ ਨਾ, ਇਹ ਬਹੁਤ ਸਹਿੰਦਾ ਬੰਦਾ ਸੀ, ਉੱਥੇ ਸ਼ਾਮ ਵੀ ਬਹੁਤ ਸੀ। ਇਹ ਇਹ ਹੁਣ ਵੀ ਉਹਦੀ ਹਵੇਲੀ 'ਚ ਰਹਿੰਦੇ ਆ ਇਹਦੇ। ਜੇ ਤੁਹਾਨੂੰ ਬਾਬਾ ਜੀ ਪਿੰਡ ਘੁਮਾਈਏ, ਤੁਸੀਂ ਦੱਸ ਦੋਗੇ ਕਿਹੜਾ ਘਰ ਕਿੱਥੇ ਸੀ? ਨਹੀਂ, ਇੰਨਾ ਨਹੀਂ। ਤੁਸੀਂ ਜੇ ਤੁਹਾਨੂੰ ਘੁਮਾਈਏ, ਤੁਸੀਂ 5-7 ਘਰਾਂ ਦੇ ਤਾਂ ਦੱਸ ਦੋਗੇ? ਆਹ ਦੱਸ ਦੋ। ਅੱਛਾ, ਡਾਕਦਾਰ ਸਭ ਤੋਂ ਵੱਡਾ ਬੰਦਾ ਸੀ? ਸਭ ਤੋਂ ਵੱਡਾ, ਸਭ ਤੋਂ ਵੱਡਾ ਬੰਦਾ। ਕਿੰਨੇ ਮੁੰਡੇ ਸੀ ਉਹਦੇ ਤਾਂ, ਕਿੰਨੀਆਂ ਕੁੜੀਆਂ? ਉਹਦਾ ਜੀ ਮੈਂ ਤਾਂ ਮੁੰਡਿਆਂ ਨੂੰ ਇੱਕ ਤੁਸੀਂ ਦੱਸਦੇ ਸੀ ਨੌਕਰੀ ਕਰਨ ਲੱਗ ਪਿਆ ਸੀ? ਉਹ ਤਾਂ ਫਿਰ ਡਾਕਦਾਰ ਦਾ ਸੀ, ਡਾਕਦਾਰ ਦਾ, ਉਹ ਡਾਕਦਾਰ ਦਾ। ਅਤੇ ਜ਼ੈਲਦਾਰ ਦੇ ਨਿਆਣਿਆਂ ਦਾ ਨਹੀਂ ਪਤਾ? ਨਹੀਂ, ਜ਼ੈਲਦਾਰ ਦੇ ਨਿਆਣਿਆਂ ਦਾ ਇਹ ਸਭ ਤੋਂ ਦੂਰ ਪੈਂਦਾ ਸੀ, ਘੱਟ ਪਤਾ। ਤੇ ਬਾਬਾ ਜੀ ਉੱਦਾਂ ਸ਼ਾਮ ਜੀ ਨੂੰ ਫਿਰ ਕੌਡੀ ਕੁੱਡੀ ਖੇਡਦੇ ਹੁੰਦੇ ਸੀਗੇ ਰਾਜਪੂਤਾਂ ਦੇ ਮੁੰਡੇ? ਖੇਡਦੇ, ਉਹ ਇੱਦਾਂ ਸੀ ਉਦੋਂ ਫਿਰ ਨਾ ਸਾਡੀ ਜਾਤ ਨੂੰ ਨਿਲ ਸਮਝਦੇ ਸੀ ਜਿਹੜੇ ਵੱਡੇ ਲੋਕ ਮੁਸਲਮਾਨ। ਅੱਛਾ, ਮੁਸਲਮਾਨ ਜੀਰੋ ਰੱਖਦੇ ਆ। ਅੱਛਾ, ਇੱਥੇ ਕਬੱਡੀ ਖੇਡਣ ਆ ਗਿਆ ਆ ਚੋਈ ਜਾ ਜੀ, ਜਿੱਦਾਂ ਤੁਸੀਂ ਆਏ ਆ ਨਾ ਉੱਥੇ ਜਗ੍ਹਾ, ਉੱਥੇ ਚੋ ਦੇ ਵਿੱਚ ਇਹ ਸਾਡੀ ਪੱਤੀ ਦੇ, ਅਸੀਂ ਪੱਤੀਆਂ ਵੱਖਰੀ ਵੱਖਰੀ ਐਸ ਪੱਤੀ ਦੇ। ਕਿੰਨੀਆਂ ਪੱਤੀਆਂ ਆ ਵੈਸੇ? 7 ਸੀ। ਨਾਂ ਦੱਸ ਦਿਓ। 7 ਤਾਂ ਵੱਖਰੀ ਵੱਖਰੀ ਪੱਤੀਆਂ ਦੇ ਨਾਂ ਵੱਖ ਵੱਖਰੇ ਸੀ। ਤੁਹਾਡੀ ਪੱਤੀ ਕਿਹੜੀ? ਸਾਡੀ ਇਹ ਲਹਿੰਦੇ ਪਾਸੇ ਸੀ। ਅੱਛਾ, ਹਾਂ, ਉਹਨਾਂ ਦੇ ਵਿੱਚ। ਅੱਛਾ, ਇੱਥੇ ਕਬੱਡੀ ਹੋਈ। ਹਾਂਜੀ, ਹੁਣ ਜਿਹੜੇ ਸੀਗੇ ਉਹ ਤਾਂ ਵਿਚਾਰੇ ਸੋਲ ਬਣਦੇ ਸੀ, ਮੁਸਲਮਾਨ ਕੰਮ ਤਾਂ ਐਡਾ ਕਰਦੇ ਨਹੀਂ ਸੀ। ਅੱਛਾ, ਇਹ ਬਾਹਰ ਨਿਕਲਦੇ ਪਿੱਛੇ ਸਾਡੇ ਬੰਦਿਆਂ ਨੇ ਉਹ ਫੈਂਟੇ ਮੁੰਡੇ ਉਹ। ਅੱਛਾ, ਟਾਲੇ। ਆਹੋ, ਫੈਂਟੇ ਟਾਲਾ। ਅੱਛਾ, ਪੰਚਾਇਤ ਕਰ ਲਈ ਉੱਥੇ, ਸਾਡੇ ਮੁੰਡੇ ਸੱਟਾਂ ਮਾਰੀਆਂ ਇਹਦੀ ਉੱਥੇ, ਖੇਡ ਨੂੰ ਫਿਰ ਸੱਟਾਂ ਬਣਾ ਲਿਆ। ਉਹ ਤਾਂ ਖੇਡਾਂ ਤਾਂ ਸੱਟਾਂ ਪੈਣੀਆਂ ਹੀ ਆ, ਪੈਂਦੀਆਂ, ਕਬੱਡੀ ਹੋਣੀ ਤਾਂ ਫਿਰ ਪੈਣੀਆਂ ਹੀ ਆ। ਉਹਦੇ ਉੱਤੇ ਹੋਈ ਤਾਂ ਜਿਵੇਂ ਇਹ ਗਏ ਬੰਦੇ ਸਾਡੇ ਸਾਦਰਾ ਸੀ, ਇਹ ਤਾਂ ਬਹੁਤ ਇਹਨਾਂ 'ਤੇ ਬਹੁਤ ਡਰਦੇ ਸੀ ਬਾਲ ਨੀਚਿਆਂ 'ਤੇ।
ਕੰਬਾਈਨ ਦਾ ਗਲਤ ਕਰ ਨਹੀਂ ਸਕਦਾ, ਗੋਹ ਕੌਣ ਚੱਕੇ, ਚੱਕਣਾ ਨੀ ਹੈ ਨਾ ਤਾਂ ਖਾਣਾ ਨੇ ਚੱਕਣਾ, ਉਹਨੇ ਚੱਕਣਾ, ਇਹਨਾਂ 'ਚ ਡਰਦੇ ਸੀ, ਲੱਭਦੇ ਸੀ ਬਹੁਤ ਜ਼ਿਆਦਾ। ਉਹ ਫਿਰ ਜ਼ਿਆਦਾ ਜਦ ਦੱਸਿਆ ਉਹਨੂੰ, ਉਹ ਕਹਿੰਦਾ ਵੀ ਤੁਹਾਡੇ ਬੰਦੇ ਕੀ ਕਰਨ ਗਏ ਉੱਥੇ, ਇਹ ਕਿਉਂ ਗਿਆ ਖੇਲਣ, ਜਿਹੜੀ ਖੇਲ ਤਾਂ ਖੇਲ ਹੀ ਆ, ਭਾਵਾਂ ਜੇ ਲੱਤ ਵੀ ਟੁੱਟ ਜਾਵੇ ਤਾਂ ਵੀ ਮੈਂ ਜ਼ਿੰਮੇਵਾਰ ਨਹੀਂ, ਕਹਿੰਦਾ ਕੀ ਕਰਨ ਗਏ ਉੱਥੇ, ਜ਼ੈਲਦਾਰ ਕਹਿੰਦਾ, ਜ਼ੈਲਦਾਰ ਕਹਿੰਦਾ, ਬੰਦਾ ਵਧੀਆ ਸੀ, ਨਹੀਂ ਜੇ ਤੁਹਾਡੀ ਮੁੰਡੇ ਖੇਡੀ ਲੱਤ ਟੁੱਟ ਗਿਆ, ਲੱਤ ਟੁੱਟ ਗਿਆ ਤਾਂ ਫੇਰ ਕੌਣ ਜ਼ਿੰਮੇਵਾਰ, ਬਿਲਕੁਲ, ਇਹ ਖੜਾ ਹੋਇਆ ਸੀ, ਥੋੜ੍ਹੇ ਕੁੱਟੇ ਜ਼ਿਆਦਾ ਕੁੱਟਣੇ ਸੀ। ਉਹ ਕਹਿੰਦਾ ਜ਼ੈਲਦਾਰ ਕਹਿੰਦਾ ਮੁੜ ਕੇ ਇਹਨਾਂ ਦੇ ਰਾਜ ਜੀ, ਕਹਿੰਦਾ ਜੇ ਇੱਕ ਆਦੇ ਮੁਸਲਮਾਨ ਇੱਕ ਵਾਰੀ ਘੋਲਦੀ ਪਏ ਮੁੰਡੇ ਮੁੰਡੇ, ਅੱਛਾ ਜੀ, ਇੱਕ ਮੁੰਡਾ ਢਾ ਲਿਆ ਸਾਡੀ ਬਰਾਦਰੀ ਨੇ, ਅੱਛਾ, ਰੁੱਖ ਆ ਉਹਨੇ ਬੜੀ ਤਰੱਕੀ ਸੱਜੀ ਵੀ ਸਾਡੀ ਮੁੰਡੇ ਨੇ ਢਾਇਆ ਕਾਹਤੇ ਆ, ਉਹਦੀ ਰਿਪੋਰਟ ਉੱਥੇ ਗਈ ਤੋਂ ਦਿਨਾਂ, ਉਹ ਕਹਿੰਦੇ ਵੀ ਉਹ ਘੋਲਿਆ ਕਾਹਤੇ, ਨਹੀਂ ਉਹ ਨਹੀਂ ਰੋਟੀ ਖਾਧਾ। ਅੱਛਾ ਬਾਬਾ, ਜਿਹਨੇ ਢਾਇਆ ਸੀ ਉਹਦਾ ਕੀ ਨਾਂ ਸੀ? ਚੰਨੂ। ਅਤੇ ਜਿਹਨੂੰ ਢਾਇਆ ਸੀ ਉਹ ਕੌਣ ਸੀ? ਅਸਲਮ। ਅਸਲਮ ਨੂੰ ਚੰਨੂ ਨੇ ਢਾ ਲਿਆ? ਢਾ ਲਿਆ। ਅੱਛਾ, ਉਹਦੇ ਗੁੱਸਾ ਬਣਿਆ ਉਹਨੇ, ਜੱਗੋ ਤੇਰਵੀਂ ਹੋ ਗਈ, ਕਾ ਧਰਮੀਆਂ ਦੇ ਮੁੰਡੇ ਨੇ ਢਾ ਲਿਆ ਹੈ ਰਾਜਪੂਤ, ਉਹਦੇ ਜਾਤੀ ਪਾਤੀ ਦਾ ਉਦੋਂ ਬਹੁਤ ਸਵਾਦ ਸੀ, ਹੁਣ ਤਾਂ ਉੱਡ ਗਿਆ ਨਾ। ਬਾਬਾ ਯਾਰ ਜਿੱਦਾਂ ਮੰਨਦੇ ਸੀ ਛੂਆ ਛੂਤ ਨੂੰ, ਉਹ ਬਹੁਤ ਜ਼ਿਆਦਾ, ਅੱਛਾ ਬਹੁਤ ਜ਼ਿਆਦਾ, ਸਾਨੂੰ ਤਾਂ ਜੀਰੋ 'ਚ ਰੱਖ, ਕਹਿੰਦੇ ਮੁਸਲਮਾਨ ਘੱਟ ਮੰਨਦੇ ਸੀ। ਲੈ ਲੈ, ਅੱਛਾ ਰਾਜਪੂਤ ਮੰਨਦੇ ਹੋਣੇ ਆ, ਜਿਹੜੇ ਬਾਕੀ ਬਰਾਦਰੀਆਂ ਸੀ ਜਿੱਦਾਂ ਮਰਾਸੀ ਸੀਗੇ, ਕੋਈ ਫਕੀਰ ਵੀ ਹੋਣੇ ਇੱਥੇ ਹੈਗੇ, ਤੇਲੀ ਵੀ ਹੋਣੇ ਆ, ਤੇਲੀ ਵੀ ਸੀਗਾ, ਉਹਦਾ ਕੀ ਨਾਂ ਸੀ? ਉਹਦੇ ਨਾਂ ਬਾਹਲੀ ਬਾਹਲੀ ਕੋਲੂ ਹੁੰਦਾ ਸੀ, ਤਫੈਲ ਸੀ ਮੈਂ ਖਿਆਲ, ਅੱਛਾ ਉਹ ਘੱਟ ਮੰਨਦੇ ਹੋਣੇ ਆ, ਹਾਂ ਉਹ ਘੱਟ ਮੰਨਦੇ, ਉਹ ਘੱਟ ਮੰਨਦੇ, ਹਲਕੇ ਬੰਦੇ ਘੱਟ ਮੰਨਦੇ ਨੇ, ਜਿਹੜੇ ਮੁਸਲਮਾਨ ਸੀ ਉਹ ਜ਼ਿਆਦਾ ਮੰਨਦੇ ਨੇ। ਹਾਂਜੀ ਹਾਂਜੀ, ਵੈਸੇ ਕੁਛ ਸਾਡੇ ਨੂੰ ਇਹ ਗੱਲ ਨਹੀਂ ਕਹਿਣੀ, ਉਹ ਮੈਂ ਕਹਿਣਾ ਜਾਣੀ ਕਿ ਕੋਈ ਸਾਡੀ ਬਿਰਤੀ ਵੀ ਠੀਕ ਨਹੀਂ ਸੀ ਉਸ ਟਾਈਮ, ਉਸ ਟਾਈਮ ਚਲੋ ਕਮੀ ਸੀ, ਚਲੋ ਹੋਊਗੀ ਕਮੀ ਸੀਗੀ, ਹੋਊ ਕਿੱਦਾਂ, ਪਰ ਮਨੁੱਖ ਤਾਂ ਮਨੁੱਖ ਆ, ਮਨੁੱਖ ਇਹ ਤਾਂ ਫਿਰ ਸੋਚੀ ਆਪਣੀ ਆਪਣੀ ਸੋਚ ਆ ਨਾ, ਹਾਂਜੀ ਇਹ ਤਾਂ ਸੋਚ ਆ ਵੀ ਰੱਬ ਨੇ ਬੰਦੇ ਕੋ ਜਿਹਾ ਬਣਾਇਆ, ਬੰਦਾ ਆ, ਹਾਂ ਮੈਨੂੰ ਇਹ ਸੋਚ ਨਹੀਂ ਸੀ, ਉਹ ਤੇਲ ਮੇਰੇ 'ਚ ਆ ਜਾਂਦੇ ਸੀ ਵੀ ਅਸੀਂ ਤਕੜੇ ਹਾਂ, ਅਸੀਂ ਨੀਰੇ ਹਾਂ, ਇੱਦਾਂ ਜਾਣੀ ਆਪਣੇ ਮਾਂ ਚੜ੍ਹਦੇ ਸੀ, ਤਾਂ ਇਸ ਗੱਲ ਦਾ ਤੁਹਾਨੂੰ ਪਤਾ ਵੀ ਜੀ ਜਿਹੜੇ ਮਾਲਕ ਨੇ ਭੇਜੇ ਇੱਕ ਜਾਏ ਜੀ, ਹਾਂ ਠੀਕ ਹੈ, ਤਾਂ ਕੁਛ ਸਾਡੇ ਤੁਹਾਨੂੰ ਪਤਾ ਜਿੱਦਾਂ ਮੈਂ ਸਾਨੂੰ ਦੱਸਿਆ ਵੀ ਸਾਡੀ ਪੋਜੀਸ਼ਨ ਮਿਲੀ ਸੀ ਐਡੀ ਠੀਕ ਰਹਿੰਦੀ, ਕਿਉਂਕਿ ਸਾਨੂੰ ਕੋਈ ਚੀਜ਼ ਮਿਲਦੀ ਨਹੀਂ ਸੀ। ਅਤੇ ਬਾਬਾ ਜਦੋਂ ਸਕੂਲ ਕਿੱਥੇ ਹੁੰਦਾ ਸੀਗਾ? ਸਕੂਲ ਆ ਪਹਿਲਾਂ ਤਾਂ ਹੋਇਆ ਸਾਡੇ ਆ ਜਿਹੜਾ ਰਾਹ 'ਚ, ਹਾਂਜੀ ਪਹਿਲਾਂ ਥੋੜ੍ਹਾ ਜਿਹਾ ਇੱਥੇ ਜਦੋਂ ਪਹਿਲਾਂ ਸ਼ੁਰੂ ਹੈ ਨਾ, ਜ਼ਿਆਦਾ ਦੀ ਹਵੇਲੀ ਬੜੀ ਸੀ, ਇੱਥੇ ਤੰਬੂ ਲੱਗਾ ਪਹਿਲਾਂ, ਥੋੜ੍ਹੀ ਜਿਹੀ ਮੇਰੇ ਤੋਂ ਪਹਿਲਾਂ ਕੌਣ ਆਉਂਦਾ ਸੀ ਪੜ੍ਹਾਉਣ ਲਈ, ਕੁਛ ਪਤਾ? ਪਿੰਡ ਦਾ ਹੀ ਬੰਦਾ ਮੁਸਲਮਾਨ, ਹਾਂ ਪਿੰਡ ਦਾ, ਜੀ ਜਿੱਦਾਂ ਵੀ ਪਿੰਡ ਜਿਹਾ ਨੇ ਹੋ ਸਕਦਾ ਲਾਇਆ ਵੀ, ਜਦੋਂ ਗੌਰਮੈਂਟ ਪੈਸੇ ਦਿੰਦੀ ਹੋਗੀ ਥੋੜ੍ਹੀ ਬਹੁਤ। ਅਤੇ ਜਿੱਦਾਂ ਮੁਸਲਮਾਨਾਂ ਦੀਆਂ ਜਿਹੜੀਆਂ ਔਰਤਾਂ ਆ ਉਹ ਨੰਗੇ ਮੂੰਹ ਤਾਂ ਨਹੀਂ ਬਾਹਰ ਜਾਂਦੀਆਂ ਹੁਣ? ਨਹੀਂ ਜੀ, ਜਾਂਦੀਆਂ ਨਹੀਂ ਸੀ, ਜਿਹੜੇ ਤਕੜੇ ਕਰ ਸਕਦੇ ਜਿਹੜੇ ਜਾਇਦਾਦ ਦਿਮਾਗ ਜਿਹੜੀ ਹੈ, ਮੰਮਾ 10 ਕਿੱਲੇ ਦਾ ਚਾਹੇ ਕੋਈ 5,000-4,000 ਇਹ ਬਾਹਰ ਨਹੀਂ ਜਾਂਦੇ, ਬਾਹਰ ਨਹੀਂ ਜਾਂਦੇ, ਇਹਨਾਂ ਨੂੰ ਛਤਰ ਕਹਿੰਦੇ ਸੀ, ਇਹਨਾਂ ਤਾਂ ਜਿਹੜੇ ਸੀ ਨਾ ਅੰਦਰ ਤੋੜੇ ਅੱਗੇ ਅੱਗੇ ਪਾਏ ਹੋਏ ਸਤੀਰੀਆਂ, ਹਾਂਜੀ ਜਾਮਣ ਦੀਆਂ ਸਤੀਰੀਆਂ ਪਾਈਆਂ, ਉਹ 'ਤੇ ਕੁੰਡੇ ਲਾਏ ਹੁੰਦੇ ਸੀ, ਇਹਦੀ ਪੀਂਘਾਂ ਵੀ ਅੰਦਰ ਪਾਈਆਂ ਹੁੰਦੀ ਸੀ, ਬੜੀ ਬੜੀ ਉੱਚੀ ਛੱਤਾਂ ਹੁੰਦੀ 14-14 ਫੁੱਟ। ਉੱਥੇ ਤੁਸੀਂ ਕਿਸੇ ਦੇ ਘਰ ਜਾਂਦੇ ਹੁੰਦੇ ਸੀ? ਹਾਂਜੀ ਜਾਂਦੇ ਸੀ, ਜਿਹੜੇ ਸਾਡੇ ਜਾਣੂ ਸੀ ਬੰਦੇ, ਜਿੱਦਾਂ ਮੈਂ ਇੱਥੇ ਆ ਗਿਆ ਇਹਨਾਂ ਦੇ, ਤੁਹਾਡੇ ਜਾਣੂ ਕਿਹੜੇ ਕਿਹੜੇ ਸੀਗੇ? ਸਾਡੇ ਨਾਲ ਜਿਹੜਾ ਇਹਨਾਂ ਦਾ ਬੰਦਾ ਸੀ, ਸਾਡਾ ਤਾਜ ਜਿਹੜੇ ਕੰਮ ਕਰਦਾ ਡਾਕਟਰ ਜ਼ਿਆਦਾ ਸੀ, ਉਹਦੇ ਜਾਂਦੇ ਸੀ, ਤਾਂ ਜਾਂ ਜਿਹੜਾ ਦਲਦਾਰ ਸਾ ਜਿਹਦੇ ਕਰਕੇ ਇਹ ਰਹਿੰਦੇ ਆ ਉੱਥੇ, ਇਸ ਵੇਲੇ ਇਹ ਰਹਿੰਦਾ ਮੁੰਡਾ ਉਸ ਘਰ 'ਚ, ਤਾਂ ਹਵੇਲੀ ਹੈਗੀ ਉਹ ਹਵੇਲੀ ਆ, ਤਾਂ ਘਰ ਜਿੱਥੇ ਜ਼ਿਆਦਾ ਹੈਗਾ ਨਾ ਇਹਦਾ ਡਾਕਦਾ ਦਾ ਘਰ, ਉਹਦੇ ਨਾਲ ਮੁੱਖ ਤੇ ਇੱਕ ਹੋਰ ਰਹਿੰਦਾ ਸੈਣੀ, ਉਹ ਕਰ ਸਕਦਾ ਜ਼ੈਲਦਾਰ, ਹਾਂ ਮੁੰਡੇ ਮੁੰਡੇ ਕੁੜੀ ਵੀ ਆਈ ਉਸ ਨਾਲ, ਇਹਦਾ ਨਾਲ ਚਾਚਿਆਂ ਕਰ ਦਿੰਦੇ ਸੀ।
ਨੇੜੇ ਸੀਗੇ ਬੰਦੇ, ਉਹਨਾਂ 'ਚ ਇਹ ਨਹੀਂ ਸੀ।